ਪੰਜਾਬ ਦਾ ਤਾਂ ਨਾ ਹੀ ਪੰਨੀਆ ਤੇ ਪੰਜਾਬ ਪਹਿਲਾਂ ਵੀ ਇਹਦੇ ਨਾਲ ਬੇਈਮਾਨੀ ਹੋਈ ਹੈ ਜਦੋਂ ਇਹਨਾਂ ਨੇ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡਤਾ ਪਾਣੀ ਨੂੰ ਪਾਕਿਸਤਾਨ ਵਿੱਚ ਰੋਕਣ ਵਾਸਤੇ ਵੀ ਉਹਨਾਂ ਨੂੰ ਨਹੀਂ ਜਾਂਦੇ ਨਾ ਤੇ ਉਹਦੇ ਵਾਸਤੇ ਬਜਾਏ ਦੇ ਕਿ ਇਹ ਨਹਿਰੀ ਪਾਣੀ ਦਾ ਜਾਲ ਵਸਾਉਂਦੇ ਪੰਜਾਬ ਦੇ ਵਿੱਚ ਜੀ ਉਹਦੀ ਥਾਂ ਤੇ ਇਹਨਾਂ ਨੇ ਇੱਕ ਨਹਿਰ ਕੱਢਤੀ ਤੇ ਉਹ ਰਾਜਸਥਾਨ ਵੱਲ ਭੇਜਤੀ ਉਹਦ ਮੀਟਿੰਗ ਦੇ ਵਿੱਚ ਇਹ ਤੈਅ ਕਰ ਲਿਆ ਕਿ 1 ਪੈਸਾ ਪ੍ਰਤੀ ਲੀਟਰ ਇਹਦਾ ਮੁੱਲ ਹੋਊਗਾ ਤੇ ਅਗਲੀ ਮੀਟਿੰਗ ਦੇ ਵਿੱਚ ਤੁਸੀਂ ਦੁਬਾਰਾ ਵਿਚਾਰ ਸਕਦੇ ਹੋ ਵੀ ਕਿਵੇਂ ਕਰਨਾ ਹੈ ਕਿੰਨਾ ਵੇਚਣਾ ਹੈ ਜੋ ਵੀ ਮੁੱਦੇ ਮਤਲਬ ਫਲਦਰ ਵਿਚਾਰੇ ਜਾਣਗੇ ਪਰ ਉਸ ਮੀਟਿੰਗ ਤੋਂ ਬਾਅਦ ਕਦੀ ਕੋਈ ਮੀਟਿੰਗ ਨਹੀਂ ਹੋਈ ਤੇ ਨਾ ਕਦੀ ਉਹਦਾ ਮੁੱਲ ਮਿਲਿਆ ਐਸワイਐਲ ਨੇ ਬਣਾਉਣ ਲੱਗੇ ਸੀ ਤਾਂ ਉਹਦੇ ਵਿੱਚ ਬਲਵਿੰਦਰ ਸਿੰਘ ਜਟਾਨਾ ਨੇ ਜਾ ਕੇ ਇੰਜ ਮੀਟਸ ਖਤਲ ਕਰਤਾ ਪੂਰਪਲੀ ਜਿਹੜਾ ਪਾਣੀਆਂ ਦਾ ਮੁੰਡਾ ਇਹਦੇ ਉੱਤੇ ਜਿਹੜਾ ਸਰਕਾਰੀ ਅਹੁਦੇ ਤੇ ਬੰਦਾ ਬੈਠਾਗਾ ਚਾਹੇ ਉਹ ਰਾਜਨੀਤਿਕਾ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਲੱਗਦਾ ਵੀ ਉਹਨੇ ਸੰਜੀਦਾ ਹੈ ਨਹੀਂ ਨਾ ਉਹਨਾਂ ਨੇ ਕੰਮ ਹੀ ਨਹੀਂ ਕੀਤਾ ਆ ਹੁਣ ਦੀ ਗੱਲ ਦੇਖ ਲਓ ਤੁਸੀਂ ਇਹ ਆ ਚੌਥੀ ਰਿਪੋਰਟ ਹੈ ਨਾ ਨਹੀਂ ਕਾਫੀ ਦੇ ਦਿੱਲੀ ਕੋਈ ਹੋਈ ਆ ਤਾਂ ਗਈ ਸੀ ਪਰ ਇਹਨਾਂ ਨੇ ਬਾਹਰ ਨਹੀਂ ਗੱਡੀ ਹਾਂ ਤੁਸਨ ਸੀਚੇਵਲ ਵੀ ਆਏ ਉਹ ਵੀ ਆ ਕੇ ਗੋਗਲੋਂ ਤੋਂ ਮਿੱਟੀ ਝਾੜ ਗਏ ਤੇ ਬਾਅਦ ਚ ਤਾਂ ਹੋਰੀ ਜਿਵੇਂ ਗੰਦ ਪਾ ਗਏ ਬਿਆਨ ਹੀ ਬਦਲ ਗਏ ਕਹਿੰਦੇ ਪਤਾ ਨਹੀਂ ਉਹਨਾਂ ਨੇ ਕਿੱਥੋਂ ਗੰਦੀਆ ਬੋਤਲਾਂ ਭਰ ਕੇ ਰੱਖੀਆਂ ਹੁੰਦੀਆਂ ਪ੍ਰੈਜ਼ੈਂਟ ਵਾਲੇ ਮੁੱਖ ਮੰਤਰੀ ਆ ਪਹਿਲਾਂ ਵਾਲੇ ਮੁੱਖ ਮੰਤਰੀ ਕੋਈ ਇਹੋ ਜਿਹਾ ਲੀਡਰ ਹੈਗਾ ਜਿਹੜਾ ਇੰਨਾ ਸક્ષਮ ਹੋਵੇ ਵੀ ਕੇਂਦਰ ਦੀ ਅੱਖ ਚੱਕ ਪਾ ਕੇ ਗੱਲ ਕਹਿ ਸਕੇ ਵੀ ਇਹ ਸਾਡਾ ਵੀ ਫੱਕ ਹੈਗਾ ਹੈਗਾ ਇੱਥੇ ਮਾਰੂਥਲ ਬਣਾਉਣਾ ਤੁਸੀਂ ਅੱਛਾ ਉਹ ਹਿਸਟਰੀ ਜਾਂਦੇ ਆ ਨਾ ਪੁਰਾਣੀ ਕਿ ਪੁਰਾਣੀ ਵਿੱਚ ਜਿਹੜੇ ਵੀ ਸਰਕਾਰਾਂ ਨੇ ਅੱਖ ਚੱਕ ਪਾ ਕੇ ਗੱਲ ਕੀਤੀ ਇਹਨਾਂ ਨੇ ਸਰਕਾਰ ਡੇਕਤੀ ਤੇ ਗਵਰਨਰ ਰੂਲ ਲਾਤਾ ਉਹਨਾਂ ਨੂੰ ਪਤਾ ਵੀ ਸਾਡੀ ਕੁਰਸੀ ਜਾਊਗੀ ਪੈਂਤੀ ਕੰਪਨੀਆਂ ਲੈ ਆਉਣਿਓ ਦਿੱਲੀ ਤੋਂ ਤੇ ਤੁਸੀਂ ਇੱਥੇ ਸਾਰਾ ਡਿਜ਼ਾਈਨਸ ਬਣਾ ਲੈਣਿਓ ਵੀ ਕਿਉਂਕਿ ਤਾਂ ਨਹੀਂ ਚੱਲ ਜਿੰਦੇ ਆ ਤੰਨਿਆ ਤਾਂ ਲੋਕ ਉੱਠਦੇ ਨਹੀਂ ਜੇ ਮੈਂ ਤੰਨਿਆਂ ਤੇ ਲਾਠੀ ਚਾਰਜ ਕਰ ਦਾਂ ਤਾਂ ਮੇਰੀਆਂ ਵੋਟਾਂ ਜਾਣਗੀਆਂ ਤਾਂ ਅੰਮ੍ਰਿਤਪਾਲ ਦੇ ਮੋੜੇ ਤੇ ਬੰਦੂਕ ਰੱਖ ਕੇ ਮੈਂ ਸਾਰਿਆਂ ਨੂੰ ਇੰਨੀ ਦਹਿਸ਼ਤ ਫਲਾਵਾਂ ਵੀ ਤਾਂ ਨਹੀਂ ਨਾ ਲੱਗੇ ਪੰਜਾਬ ਦੇ ਵਿੱਚ ਨਾ ਲੋਕ ਲੜਨ ਨੂੰ ਤਕੜੇ ਐ ਫੌਜ ਵਿੱਚ ਭਰਤੀ ਹੋਣ ਨੂੰ ਤਕੜੇ ਐ ਉਹ ਤੰਨੇ ਦੇ ਇਹਨੂੰ ਤਕੜੇ ਐ ਕਲਮ ਦੀ ਮਾਰ ਘੱਟ ਮਾਰਦੇ ਤੇ ਅਸੀਂ ਇਹ ਸਖਾਰੇ ਉਹਨਾਂ ਨੂੰ ਵੀ ਕਲਮ ਦੀ ਮਾਰ ਮਾਰੋ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਆ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਪਾਣੀਆਂ ਦੇ ਮਸਲੇ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਹੁੰਦੀਆਂ ਇਨਾਂ ਹੀ ਆ ਖਾਸ ਕਰਕੇ ਪੰਜਾਬ ਦੀ ਜੇ ਅਸੀਂ ਗੱਲ ਕਰਦੇ ਆ ਪੰਜਾਬ ਦਾ ਆਪਣਾ ਇੱਕ ਅਲੱਗ ਮੁੱਦਾ ਹੈਗਾ ਜਿੱਥੇ ਇੱਕ ਐਸਵਾਈਐਲ ਦੀ ਗੱਲ ਹੁੰਦੀ ਆ ਉੱਥੇ ਦੂਜੇ ਪਾਸੇ ਜੇ ਅਸੀਂ ਹੁਣ ਦੀ ਗੱਲ ਕਰਦੇ ਆ ਆਹ ਵਾਲੇ ਸਾਲ ਦੀ ਗੱਲ ਕਰਦੇ ਆ ਤਾਂ ਇੱਕ ਜਿਹੜਾ ਕੰਕਰੀਟ ਵਿਛਾਉਣਾ ਨਹਿਰਾਂ ਦੇ ਵਿੱਚ ਜਾਂ ਮੂਮੀ ਕਾਗੜ ਵਿਛਾਉਣਾ ਉਸ ਨੂੰ ਲੈ ਕੇ ਇੱਕ ਧਰਨਾ ਵੀ ਲੱਗਿਆ ਹੋਇਆ ਹੈਗਾ ਗੱਲ ਖੁਰਦ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਜਾਂ ਪਾਣੀ ਦੇ ਵਿਸ਼ਾ ਦੇ ਉੱਤੇ ਹੋਰ ਗੰਭੀਰਤਾ ਦੇ ਨਾਲ ਡੂੰਗੀ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਹਾਜ਼ਰ ਰਹਿਣਗੇ ਮੈਡਮ ਡਾਕਟਰ ਜੀਵਨਜੋਤ ਕੌਰ ਡਾਕਟਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਸਟੋਰੀਆਂ ਨੂੰ ਸ਼ਿਵਾਇ ਗੁਰਜੀਕਾ ਖਾਲਸਾ ਸ਼ਿਵਾਇ ਗੁਰਜੀਕਾ ਤੇ ਮੇਰਾ ਪਹਿਲਾ ਸਵਾਲ ਤਾਂ ਇਹੀ ਹੈ ਜਿਵੇਂ ਤੁਸੀਂ ਕਿਹਾ ਵੀ ਪਾਣੀਆਂ ਦੇ ਮੁੱਦੇ ਦੇ ਉੱਤੇ ਜਿੱਥੇ ਵੀ ਧਰਨਾ ਹੁੰਦਾ ਉੱਥੇ ਤੁਸੀਂ ਜਾਣਦੇ ਹੋ ਜਾਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜੋ ਵੀ ਗੱਲ ਹੁੰਦੀ ਆ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਕਿਤੇ ਵੀ ਆਪਣੀ ਬਾਤ ਚੱਕਦੇ ਰਹਿੰਦੇ ਹੋ ਤੁਹਾਨੂੰ ਕੀ ਲੱਗਦਾ ਜੀ ਆਪਾਂ ਪੁਰਾਣੀ ਹਿਸਟਰੀ 'ਚ ਜਾਈਏ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਕਿੰਨਾ ਗੰਭੀਰ ਆ ਹਾਲਾਂਕਿ ਸਾਰੀ ਦੁਨੀਆ ਦੇ ਵਿੱਚ ਹੀ ਇਹ ਮੁੱਦਾ ਬਹੁਤ ਜ਼ਿਆਦਾ ਗੰਭੀਰ ਆ ਪਰ ਪੰਜਾਬ ਨੂੰ ਤੁਸੀਂ ਕਿਸ ਸਿੰਗਲ ਨਾਲ ਦੇਖਦੇ ਹੋ ਪੰਜਾਬ ਤੇ ਪਾਣੀ ਦੇਖੋ ਪੰਜਾਬ ਦਾ ਤਾਂ ਨਾ ਹੀ ਪਾਣੀ ਆ ਤੇ ਜੀ ਪੰਜਾਬ ਹਾਂ ਪਹਿਲਾਂ ਵੀ ਇਹ ਇਹਦੇ ਨਾਲ ਬੇਈਮਾਨੀ ਹੋਈ ਐ ਜਦੋਂ ਇਹਨਾਂ ਨੇ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡਤਾ ਜੀ ਇੱਕ ਹਿੱਸਾ ਪਾਕਿਸਤਾਨ ਵਾਲ ਕਰਤਾ ਇੱਕ ਇਧਰ ਕਰਤਾ ਜੀ ਤੇ ਉਹ ਦਰਿਆ ਜਿਹੜੇ ਉਹ ਵੀ ਮਤਲਬ ਸਮਝੋ ਢਾਈ ਢਾਈ ਦੇ ਕਰੀਬ ਰਹਿ ਗਏ ਦੋਹਾਂ ਕੋਲੇ ਹਾਂਜੀ ਤਿੰਨ ਦੋ ਕਹਿੰਦੇ ਆ ਪਰ ਅਸਲ ਜਟਾਈ ਢਾਈ ਢਾਈ ਬੰਮੀ ਆ ਹੂੰ ਤੇ ਉਹ ਉਦੋਂ ਤੋਂ ਹੀ ਇਹ ਪ੍ਰੋਬਲਮ ਚੱਲਦੀ ਪਈ ਆ ਤੇ ਉਦੋਂ ਸਾਰਿਆਂ ਤੋਂ ਪਹਿਲੀ ਲੁੱਟ ਜਿਹੜੀ ਹੋਈ ਆ ਇਹ ਜਿਹੜੀ ਕਿ ਉਦੋਂ ਤਾਂ ਮੈਨੂੰ ਨਹੀਂ ਸੀ ਪਤਾ ਕਿਉਂਕਿ ਮੈਂ ਛੋਟੀ ਸੀ ਮੇਰਾ ਜਨਮ ਹੀ ਉਦੋਂ ਹੋਇਆ ਸੀਗਾ ਜੀ 1955 ਦਾ ਮੇਰਾ ਜਨਮ ਹੈ ਜੀ ਪਰ ਜਿਦੋਂ ਬਾਅਦ ਵਿੱਚ ਵੱਡੇ ਹੋਏ ਤਾਂ ਪਤਾ ਲੱਗਿਆ ਹੂੰ ਕਿ ਇਹਨਾਂ ਨੇ ਪਾਣੀ ਨੂੰ ਪਾਕਿਸਤਾਨ ਵਿੱਚ ਰੋਕਣ ਵਾਸਤੇ ਹੂੰ ਵੀ ਉਹਨਾਂ ਨੂੰ ਨਹੀਂ ਜਾਣਦੇ ਨਾ ਹੂੰ ਤੇ ਉਹਦੇ ਵਾਸਤੇ ਬਜਾਇਦਾ ਕਿ ਇਹ ਨਹਿਰੀ ਪਾਣੀ ਦਾ ਜਾਲ ਵਿਛਾਉਂਦੇ ਪੰਜਾਬ ਦੇ ਵਿੱਚ ਜੀ ਉਹਦੀ ਥਾਂ ਤੇ ਇਹਨਾਂ ਨੇ ਇੱਕ ਨਹਿਰ ਕੱਢਤੀ ਤੇ ਉਹ ਰਾਜਸਥਾਨ ਵੱਲ ਭੇਜਤੀ ਹੂੰ ਤੇ ਉਸ ਦੇ ਵਿੱਚ ਇਹਨਾਂ ਨੇ ਉਹ ਸਾਰਾ ਪਾਣੀ ਭੇਜਤਾ ਜੀ ਤੇ ਉਹਦੀ ਮੀਟਿੰਗ ਦੇ ਵਿੱਚ ਤੈਅ ਕਰ ਲਿਆ ਕਿ ਇੱਕ ਪੈਸਾ ਪ੍ਰਤੀ ਲੀਟਰ ਇਹਦਾ ਮੁੱਲ ਹੋਊਗਾ ਹੂੰ ਤੇ ਅਗਲੀ ਮੀਟਿੰਗ ਦੇ ਵਿੱਚ ਤੁਸੀਂ ਦੁਬਾਰਾ ਵਿਚਾਰ ਸਕਦੇ ਹੋ ਵੀ ਕਿਵੇਂ ਕਰਨਾ ਹੈ ਕਿੰਨਾ ਭੇਜਣਾ ਹੈ ਜੋ ਵੀ ਮੁੱਦੇ ਮਤਲਬ ਫਰਦਰ ਵਿਚਾਰੇ ਜਾਣਗੇ ਪਰ ਉਸ ਮੀਟਿੰਗ ਤੋਂ ਬਾਅਦ ਕਦੀ ਕੋਈ ਮੀਟਿੰਗ ਹੀ ਨਹੀਂ ਹੋਈ ਤੇ ਨਾ ਕਦੀ ਉਹਦਾ ਮੁੱਲ ਮਿਲਿਆ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਰਾਜਸਥਾਨ ਨੂੰ ਪਾਣੀ ਦਾ ਬਿੱਲ ਨਹੀਂ ਭੇਜਿਆ ਮਤਲਬ ਉਹਦੇ ਤੇ ਤਾਂ ਉਹਦੇ ਤੇ ਕਦੀ ਕਦੀ ਮੁੱਦਾ ਉੱਠਦਾ ਜ਼ਰੂਰ ਹੈ ਵਿਧਾਨ ਸਭਾ ਵਿੱਚ ਪਰ ਉਹ ਐਵੇਂ ਬਸ ਲਿਪ ਸਰਵਿਸ ਦੇ ਤੌਰ ਤੇ ਹੁੰਦੇ ਤੇ ਕਦੀ ਕੋਈ ਕੰਕਰੀਟ ਐਕਸ਼ਨ ਨਹੀਂ ਹੋਇਆ ਖਾਣਾ ਪੂਰਤੀ ਹੁੰਦੀ ਖਾਣਾ ਭੋਲਤੀ ਹੁੰਦੀ ਰਹੀ ਹੈ ਅਸੀਂ ਉਸ ਤੋਂ ਬਾਅਦ ਜਿਹੜਾ ਦੁਬਾਰਾ ਮੁੱਦਾ ਇਹ ਉੱਠਿਆ ਉਦੋਂ ਆਨੰਦਪੁਰ ਸਾਹਿਬ ਦੇ ਮੱਤੇ ਵਿੱਚ ਉੱਠਿਆ ਜੀ ਆਨੰਦਪੁਰ ਦੇ ਮੱਤੇ ਵਿੱਚ ਵੀ ਇਹੀ ਸੀਗਾ ਕਿ ਪੰਜਾਬ ਨੂੰ ਪਾਣੀਆਂ ਦਾ ਹੱਕ ਉਹਦਾ ਆਪਣਾ ਹੋਣਾ ਚਾਹੀਦਾ ਹੈ ਜੀ ਤੇ ਉਦੋਂ ਫਿਰ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਰਾਇਪੀਰੀਅਨ ਲਾਅ ਹੁੰਦਾ ਹੈ ਜਾਂ ਇਹ ਇਸ ਦਾ મતਲਬ ਸਾਡਾ ਇਹਦਾ ਤੇ ਹੱਕ ਬੰਦਾ ਹੈ ਜੀ ਤੇ ਪਾਣੀ ਸਾਡੇ ਕੋਲ ਹੋਣਾ ਚਾਹੀਦਾ ਤੇ ਇਹ ਐਵੇਂ ਜਾ ਰਿਹਾ ਉਧਰ ਹੂੰ ਪਰ ਉਹ ਸਾਲਾਂ ਦੇ ਵਿੱਚ ਸੀ ਜਿੰਨਾ ਕੋਈ ਕੰਮ ਕਰ ਰਹੇ ਸੀਗੇ ਉਹ ਸਾਡਾ ਕਟੇਲ ਹੋ ਗਿਆ ਹਮ ਔਰ ਥੋਨ ਕਰਕੇ ਕਿਉਂ ਕਿ ਅਸੀਂ ਘਰਾਂ ਚੋਂ ਜਾਣਾ ਕੋਈ ਪਤਾ ਨਹੀਂ ਸੀ ਲੱਗਦਾ ਵੀ ਕਿੱਥੇ कर्फ्यू ਲੱਗ ਜਾਣਾ ਹੈ ਕਿੱਥੇ ਬੱਸ ਰੁਕ ਜਾਣੀ ਹੈ ਕਿੱਥੇ ਗੋਲੀ ਚੱਲ ਜਾਣੀ ਹੈ ਤਾਂ ਉਹ ਫਿਰ ਅਸੀਂ ਜ਼ਿਆਦਾ ਬਾਹਰ ਨਹੀਂ ਸੀ ਜਾ ਸਕਦੇ ਹਮ ਤਾਂ ਉਦੋਂ ਫਿਰ ਕਾਫੀ ਦੇਰ ਮਤਲਬ ਘਰਾਂ ਵਾਲੀ ਰਹੇ ਪਰ ਉਹਨਾਂ ਸਾਲਾਂ ਦੇ ਵਿੱਚ ਅਸੀਂ ਕੀ ਕੀਤਾ ਕਿ ਔਰਤਾਂ ਦੇ ਲਈ ਇੱਕ ਜਥੇਬੰਦੀ ਬਣਾ ਲਈ ਹਮ ਉਸ ਤੋਂ ਪਹਿਲਾਂ ਮੈਂ ਜਮੂਰੀਦ ਘਰਸਵਾ ਵਿੱਚ ਕੰਮ ਕਰਦੀ ਸੀ ਜੀ ਦਾ ਉਹ ਉਹਦੇ ਵਿੱਚੋਂ ਵੀ ਅਸੀਂ ਉਹਨਾਂ ਸਾਲਾਂ ਵਿੱਚ ਡਿਜ਼ਾਈਨ ਦਿੱਤਾ ਉਹ ਇਸ ਕਰਕੇ ਦਿੱਤਾ ਕਿ ਉਦੋਂ ਉਹ ਇਸ ਇਹਨਾਂ ਮੁੱਦਿਆਂ ਨੂੰ ਸਟੇਟ ਜ਼ਬਰ ਦੇ ਤੌਰ ਤੇ ਨਹੀਂ ਸੀ ਦੇਖ ਰਹੇ ਤੇ ਫਿਰ ਅਸੀਂ ਜਸਟਿਸ ਬੈਂਸ ਨੇ ਪੀਯੂਡੀਆਰ ਵਾਸਤੇ ਸੱਦਾ ਦਿੱਤਾ ਸੀ ਉਹਨਾਂ ਨਾਲ ਗਏ ਉੱਥੇ ਤੇ ਉਸ ਤੋਂ ਬਾਅਦ ਜਸਟਿਸ ਬੈਂਸ ਨਾਲ ਵੀ ਵਾਪ ਪੈ ਗਿਆ ਤੇ ਫਿਰ ਅਸੀਂ ਔਰਤਾਂ ਦੀ ਜਥੇਬੰਦੀ ਬਣਾਈ ਨਾਰੀ ਬੰਚ ਪੰਜਾਬ ਜੀ ਉਨਾਂ ਦੀ ਇੱਕ ਛੋਟੀ ਜੀ ਖਬਰ ਛਪੀ ਅਖਬਾਰਾਂ ਦੇ ਵਿੱਚ ਹਮ ਕਿ 31 ਪੰਚਾਇਤਾਂ ਨੇ ਇਕੱਠਾ ਅਸਤੀਫਾ ਦਿੱਤਾ ਹਾਂ ਇਸਕੇ ਵੀ ਇਕ ਐਨੀਆਂ ਨੇ ਇਕੱਠਾ ਅਸਤੀਫਾ ਕਿਉਂ ਦਿੱਤਾ ਇਹ ਸਨ ਕਿਹੜੇ ਦੀ ਗੱਲ ਆ ਇਹ 88 88 1988 ਹਾਂ ਤਾਂ ਉਹ ਉਹਨੂੰ ਜਦੋਂ ਕੋਖਿਆ ਤਾਂ ਪਤਾ ਲੱਗਿਆ ਕਿ ਗੋਬਿੰਦ RAM ਜਿਹੜਾ ਪਹਿਲਾਂ ਫਰੀਦਕੋਟ ਹੁੰਦਾ ਸੀ ਤੇ ਉਹਨੇ ਇੱਥੇ ਕਾਫੀ ਗੰਦ ਪਾਇਆ ਹੋਇਆ ਸੀਗਾ ਉਹ ਬਟਾਲੇ ਵੱਲ ਚਲਾ ਗਿਆ ਤੇ ਉਹਨੇ ਬਟਾਲੇ ਔਰਤਾਂ ਨੂੰ ਖਾਸ ਤੌਰ ਤੇ ਸਿੱਖੜਗੋਨ ਦੀਆਂ ਔਰਤਾਂ ਜਿਹਨਾਂ ਦੇ ਘਰੋਂ ਰੋਟੀ ਖਾਂਦੇ ਜਾਂਦੇ ਸੀ ਉਹਨਾਂ ਨੂੰ ਥਾਣੇ ਦੇ ਵਿੱਚ ਅਰਖਣੇ ਸ਼ੁਰੂ ਕਰਤਾ ਤੇ ਉਹਨੂੰ ਉਹਨਾਂ ਨੇ ਕਾਫੀ ਟਾਰਚਰ ਕੀਤਾ ਤਾਂ ਅਸੀਂ ਉਹਦੇ ਤੇ ਇੱਕ ਰਿਪੋਰਟ ਛਾਪੀ ਇੱਤੀਮਾਰਪਈ ਗੁਰਲਾਣੀ ਤਾਂ ਉਹਨੂੰ ਅਸੀਂ 1988 ਤੋਂ ਸਟਾਰਟ ਕੀਤਾ ਸੀਗਾ ਉਦੋਂ ਤੁਹਾਨੂੰ ਪਤਾ ਹੀ ਹੈ ਵੀ ਹਾਲਾਤ ਇੱਕ ਤਾਂ ਬਹੁਤ ਖਰਾਬ ਸੀ ਇੱਕ ਬਹੁਤ ਜ਼ਿਆਦਾ ਔਖਾ ਸੀ ਕੈਮਰਾ ਕੋਈ ਨਹੀਂ ਸੀ ਹੁੰਦਾ ਨਾ ਕੈਮਰਾ ਪੁਲਿਸ ਨੂੰ ਜਾਣ ਦਿੰਦੀ ਸੀ ਤਾਂ ਅਸੀਂ ਉਹ ਇੰਟਰਵਿਊਸ ਕਲਮ ਬੰਦ ਕਰਕੇ ਉਹਦੀ ਇੱਕ ਬੁੱਕ ਬੁੱਕਲੇਟ ਛਾਪੀ ਇੱਤੀਮਾਰਪਈ ਗੁਰਲਾਣੀ ਤਾਂ ਉਹਨੂੰ ਟ੍ਰਾਂਸਲੇਟ ਕਰਕੇ ਐਮਐਨਐਸਟੀ ਵਿੱਚ ਵੀ ਭੇਜਿਆ ਇਹ 89 ਦੇ ਸਾਰੇ 8 ਮਾਰਚ ਦੇ ਅਖਬਾਰਾਂ ਵਿੱਚ ਜੋ ਛਪੀ ਉਸ ਤੋਂ ਬਾਅਦ ਉਹਦੇ ਤੇ ਲਿਟਰਾਈ ਸਾਡੇ ਕੋਲ ਵੀ ਅਸੀਂ ਕਾਨੂੰਨ ਬਣਾ ਦਿੱਤਾ ਕਿ ਸੂਰਜ ਡੁੱਬਣ ਤੋਂ ਬਾਅਦ ਔਰਤਾਂ ਨੂੰ ਥਾਣੇ ਵਿੱਚ ਨਹੀਂ ਰੱਖਿਆ ਜਾਊਗਾ ਤਾਂ ਇਹ ਸਾਰੇ ਜਿਹੜੇ ਹਾਲਾਤ ਚੱਲ ਰਹੇ ਸੀ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਹੀ ਮਤਲਬ ਉਹ ਪਾਣੀਆਂ ਦਾ ਮੁੱਦਾ ਸੀ ਜਿਹੜਾ ਉਹ ਦਬ ਕੇ ਰਹਿ ਗਿਆ ਜੀ ਫਿਰ ਅਚਾਨਕ ਇੱਕ ਘਟਨਾ ਵਾਪਰੀ ਕਿ ਐਸਵਾਈਐਲ ਬਣਾਉਣ ਲੱਗੇ ਸੀ ਤਾਂ ਉਹਦੇ ਵਿੱਚ ਬਲਵਿੰਦਰ ਸਿੰਘ ਜਟਾਨਾ ਨੇ ਜਾ ਕੇ ਇੰਜੀਨੀਅਰਸ ਦਾ ਕਤਲ ਕਰਤਾ ਕੋਰਕ ਦੀ ਹੂੰ ਉਸ ਤੋਂ ਬਾਅਦ ਮੈਂ ਥੋੜਾ ਫੈਮਿਲੀ ਲਾਈਫ ਵਿੱਚ ਆਈ ਤਾਂ ਫੈਮਿਲੀ ਲਾਈਫ ਚ ਆਨ ਕਰਕੇ ਉਹਨਾਂ ਸਾਲਾਂ ਵਿੱਚ ਮੈਂ ਕਰ ਰਹੀ ਜੀ ਮਤਲਬ ਪ੍ਰੈਗਨਨਸੀ ਦੇ ਛੋਟੇ ਬੱਚੇ ਦੇ ਦੌਰਾਨ ਜੀ ਫਿਰ ਉਸ ਤੋਂ ਬਾਅਦ ਅਗਲਾ ਸਾਲ ਅਗੇ ਸਾਲ ਆਗੇ ਤਾਂ ਨਸ਼ਾ ਸ਼ੁਰੂ ਹੋ ਗਿਆ ਸੀ ਜੀ ਉਹ ਇੱਕ ਨਵਾਂ ਤਰੀਕਾ ਸੀਗਾ ਨਸ਼ੇ ਦਾ ਤੇ ਕ腐ਸ਼ਨ ਵੀ ਸਿਰੇ ਦੀ ਸੀ ਕੋਈ ਕੁਛ ਨਹੀਂ ਬੋਲਣ ਦੀ ਸੀ ਦਿੰਦਾ ਫਿਰ ਨਾਜ਼ਰਦੀ ਮੂਵਮੈਂਟ ਉੱਠੀ ਨਾਜ਼ਰਦੀ ਮੂਵਮੈਂਟ ਚ ਸੀ ਕਿ ਆ ਵੀ ਚਲੋ ਕਟੋ ਘਟਾਵਾਸਾ ਉਠਾਈਏ ਕਿਛੇ ਨੇ ਚੱਲਦੇ ਉਹਦੇ ਵਿੱਚੋਂ ਇਹਨਾਂ ਨੇ ਇੱਕ ਵੋਟਿੰਗ ਸਿਸਟਮ ਕੀਤਾ ਨੰਬਰ ਲੈ ਕੇ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਤੀਸਰਾ ਬਦਲ ਹੋਵੇ ਅਸੀਂ ਆਪਣੀ ਵੋਟ ਪਾਰਟੀ ਵੀ ਹਾਂ ਚਾਹੁੰਦੇ ਵੀ ਦੋਈ ਪਾਰਟੀਆਂ ਉੱਤਰ ਘਾਟੋਂ ਮੈਂ ਚੜਾਂ ਦੀ ਖੇਡ ਖੇਡੀ ਜਾਂਦੀਆਂ ਤੇ ਇਹ ਹੋਣਾ ਚਾਹੀਦਾ ਤਾਂ ਉਸ ਵਿੱਚੋਂ ਅਸੀਂ ਉਸ ਆਮ ਆਦਮੀ ਪਾਰਟੀ ਦੀ ਸਥਾਪਨਾ ਵਾਲੀ ਟੀਮ ਵਿੱਚ ਮਹਿ ਗਈ ਹੈ ਸ਼ੁਰੂਆਲੇ ਵਿੱਚ ਉੱਚਾ ਸਿਫਰਡ ਕੋਟ ਦੀ ਸੀਟ ਵਿੱਚ ਜਿਤਾਈ ਅਸੀਂ ਪੱਲਿਓ ਖਰਚਾ ਕਰਕੇ ਜਿਤਾਈ ਇਹ ਸਾਰਾ ਇਵਨ ਮੈਂ ਆਪਣਾ ਹਸਪੀਟਲ ਹੀ ਸੈਕਟਿਫਾਈਜ਼ ਕੀਤਾ 10 ਬਿਸਤਰਿਆਂ ਦਾ ਪਰ ਇਹ ਜਿਹੜੀ ਪਾਲਸੀ ਸ਼ੁਰੂ ਵਿੱਚ ਲੈ ਕੇ ਆਏ ਸੀ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਸੀ ਵੀ ਤੁਹਾਡੀ ਨੀਤੀ ਕੀ ਹੋਊਗੀ ਤਾਂ ਇਹਨਾਂ ਨੇ ਕਿਹਾ ਵੀ ਪੰਜਾਬ ਵਾਲੇ ਆਪਣੀ ਪਾਲਸੀ ਆਪ ਬਣਾਉਣਗੇ ਹੂੰ ਤਾਂ ਅਸੀਂ ਕਿਹਾ ਵੀ ਇਹ ਤਾਂ ਬਹੁਤ ਵਧੀਆ ਹੂੰ ਵੀ ਜਿਹੜੀ ਗੱਲ ਅਸੀਂ ਆਨੰਦਪੁਰ ਤੋਂ ਮੱਥੇ ਵੀ ਚੰਨੀ ਦੇਰ ਦੇ ਮੰਗ ਰਹੇ ਸੀ ਹੂੰ ਫੈਡਰਲਿਜ਼ਮ ਦੀ ਗੱਲ ਕਰ ਰਹੇ ਸੀ ਉਹ ਸਾਨੂੰ ਹੁਣ ਮਿਲ ਜੂਗੀ ਤੇ ਜਿਸ ਤਰੀਕੇ ਨਾਲ ਮਿਲਦੀ ਹੈ ਵੀ ਪਾਰਟੀ ਇੱਕ ਇੰਡੀਆ ਲੈਵਲ ਦੀ ਹੋਵੇ ਪਰ ਉਹ ਫੈਡਰਲਿਜ਼ਮ ਦੀ ਗੱਲ ਕਰੇ ਤਾਂ ਇਸ ਤੋਂ ਚੰਗੀ ਤਾਂ ਗੱਲ ਹੀ ਕੋਈ ਨਹੀਂ ਜੀ ਤਾਂ ਇਸ ਕਰਕੇ ਅਸੀਂ ਇਹਦੇ ਵਿੱਚ ਆ ਗਏ ਪਰ ਇਹਨਾਂ ਨੇ ਬਹੁਤ ਛੇਤੀ इवन ਜਿਹੜੀਆਂ ਚੋਣਾਂ ਸੀਗੀਆਂ April ਵਿੱਚ ਹੋਈਆਂ ਹਮ ਪਹਿਲੀਆਂ 14 ਦੀਆਂ ਉਸ ਤੋਂ ਪਹਿਲਾਂ ਹੀ ਇੱਕ ਮਹੀਨਾ ਪਹਿਲਾਂ ਇਹਨਾਂ ਨੇ ਪਾਰਟੀ ਪਾਲਿਸੀ ਚੇਂਜ ਕਰਤੀ ਸੀ ਜਦੋਂ ਇਹਨਾਂ ਨੇ ਕੈਂਪੇਨ ਕਮੇਟੀ ਬਣਾਈ ਸੀ ਹੁਣ ਅਸੀਂ ਇੱਕ ਸਾਲ ਕੈਂਪੇਨ ਕੀਤਾ ਸੀ ਤਾਂ ਸਾਡੇ ਲਈ ਇੱਕ ਪ੍ਰੈਸ ਇਸ਼ੂ ਵੀ ਸੀ ਵੀ ਅਸੀਂ ਉਹ ਸਾਰੇ ਜਿਹੜੇ ਚੋਰ ਵਾਲੇ ਬੰਦੇ ਸੀਗੇ ਪੋਲੀਟੀਸ਼ੀਅਨ ਉਹਨਾਂ ਨੂੰ ਅਸੀਂ ਚੈਲੰਜ ਕੀਤਾ ਸੀ ਤਾ ਅਸੀਂ ਸਾਰੀ ਟੀਮ ਨੇ ਫੈਸਲਾ ਕੀਤਾ ਵੀ ਨਹੀਂ ਆਪਾਂ ਇਸ ਚੋਣ ਚ ਤਾਂ ਕੰਮ ਕਰਾਂਗੇ ਇਹ ਮਸਲਾ ਬਾਅਦ ਚ ਵੇਖਾਂਗੇ ਤਾਂ ਅਸੀਂ ਵੀ ਕੰਮ ਕੀਤਾ ਕੈਂਪੇਨ ਵਾਲਿਆਂ ਨੂੰ ਵੀ ਕੰਮ ਕੀਤਾ ਵਰਟੀਕਲ ਸਪਰੈਡ ਤੇ ਕੰਮ ਕਰਦੇ ਆ ਵੀ ਅਸੀਂ ਸ਼ੀਟ ਜਿਤਾ ਤੇ ਹੂੰ ਉਸ ਤੋਂ ਬਾਅਦ ਵੀ ਅਸੀਂ ਮਨੀਸ਼ ਸੋਦੀ ਆਇਆ ਤੇ ਆ ਕੇ ਸਾਡੀ ਕਮੇਟੀਆਂ ਭੰਗ ਕਰ ਗਿਆ ਯਾਨੀ ਇਹਨਾਂ ਨੇ ਸਾਡੀ ਬਿਲਕੁਲ ਪਾਵਰ ਖਤਮ ਕਰ ਦਿੱਤੀ ਫਿਰ ਅਸੀਂ ਮਤਲਬ ਇਹਦੇ ਤੇ ਐਂਟੀ ਕ腐ਪਸ਼ਨ ਵਿੰਗ ਦੇ ਵਿੱਚ ਕੰਮ ਕੀਤਾ ਤਾਂ ਉਹਦੇ ਵਿੱਚ ਅਸੀਂ ਗ੍ਰਾਮ ਸਭਾ ਦਾ ਕਾਨੂੰਨ ਲਿਆਏ ਤੇ ਗ੍ਰਾਮ ਸਭਾ ਦੇ ਵਿੱਚ ਅਸੀਂ ਲੋਕਾਂ ਨੂੰ ਸਮਝਾਇਆ ਵੀ ਤੁਸੀਂ ਇਹਦੇ ਵਿੱਚ ਮਤੇ ਪਾਓ ਤੁਸੀਂ ਨਹਿਰੀ ਪਾਣੀ ਦੀ ਮੰਗ ਕਰੋ ਤੁਸੀਂ ਮਤਲਬ ਇਹ ਕਹੋ ਵੀ ਪੰਜਾਬ ਤੇ ਦਾ ਪਾਣੀ ਤੇ ਹੱਕ ਹੈ ਪਰ ਇੰਨੀ ਸਾਦਾ ਲੋਕਾਂ ਨੂੰ ਇਹਨਾਂ ਗੱਲਾਂ ਦੀ ਚੇਤਨਾ ਨਹੀਂ ਸੀ ਇਹਨਾਂ ਨੇ ਬਹੁਤ ਜ਼ਿਆਦਾ ਲੜਾਈਆਂ ਘਰਵਾਰ ਰੱਖੀਆਂ ਸੀ ਪਿੰਡਾਂ ਵਿੱਚ ਜੀ ਤੇ ਕਈ ਵਾਰੀ ਤਾਂ ਪੰਚਾਇਤਾਂ ਹੀ ਆਪਸ ਵਿੱਚ ਹੈ ਬੜ ਜਾਂਦੀਆਂ ਸੀ ਉਹ ਕਰਨੀ ਸੀ ਦਿੰਦੀਆਂ ਫਿਰ ਵੀ ਸਾਡੇ ਕਾਫੀ ਬੱਚੇ ਮਤਲਬ ਸਾਮਨੇ ਮੈਦਾਨ ਵਿੱਚ ਆਏ ਉਹਨਾਂ ਨੇ ਕਰਪਸ਼ਨ ਵਿੱਚ ਜਾਗਰਤੀ ਕੀਤੀ ਉਹਨਾਂ ਨੇ ਇਹਨਾਂ ਮੁੱਦਿਆਂ ਬਾਰੇ ਜਾਗਰਤੀ ਵੀ ਕੀਤੀ ਫੇਰ ਉਸ ਵਾਰ ਦਸੀਂ ਮਤਲਬ ਡਾਕਟਰ ਤਰਮੀਰ ਗਾਂਧੀ ਜਸਟਿਸ ਪੈਂਸ ਮੈਸੀ ਹੋਰ ਵੀ ਕਈ ਬੰਦੇ ਸੀਗੇ ਅਸੀਂ 20 ਬੰਦਿਆਂ ਨੇ ਸਿਗਨੇਟਰੀ ਕਰਕੇ ਤਸਵੀਰ ਇਟ ਪਾਈ ਕਿ ਜਿਹੜਾ ਰਾਜਸਥਾਨ ਨੂੰ ਜਿਹੜਾ ਫ੍ਰੀ ਪਾਣੀ ਜਾ ਰਿਹਾ ਉਹਨੂੰ ਸਾਡੀ ਮਾਲਕੀ ਸਰਟਨ ਕੀਤੀ ਜਾਵੇ ਤੇ ਇੱਕ ਪੈਸਾ ਪ੍ਰਤੀ ਲੀਟਰ ਦੇ ਹਿਸਾਬ ਨਾਲ ਜਿਹੜਾ ਉਹ ਪੈਸੇ ਹੈ ਉਹ ਸਾਨੂੰ ਦਿੱਤੇ ਜਾਣ ਤਾਂ ਉਹਨੂੰ ਅਸੀਂ ਸਾਰਿਆਂ ਦੇਗਾ ਤੇ ਭੇਜਿਆ ਜੀ ਦਾ ਉਹ ਨਾ ਤਾਂ ਕਿਸੇ ਸਰਕਾਰ ਨੇ ਉਹਨੂੰ ਗੌਰ ਕੀਤਾ ਨਾ ਉਹਨਾਂ ਨੇ ਕਿਸੇ ਨੇ ਮਤਲਬ ਉਹਨਾਂ ਨੂੰ ਬਿੱਲ ਬਣਾ ਕੇ ਭੇਜਿਆ ਤੇ ਹਾਈ ਕੋਰਟ ਨੇ ਵੀ ਕੀ ਕੀਤਾ ਵੀ ਉਹਨੂੰ ਜਿਹੜੇ ਪੁਰਾਣੇ ਮੁਕੱਦਮੇ ਚੱਲਦੇ ਹੋਏ ਸੀ ਨਾ ਉਹਨਾਂ ਦੇ ਨਾਲ ਹੀ ਗਲਬ ਕਰਤਾ ਹੂੰ ਤੇ ਉਹਨੂੰ ਰਮ ਕਰਤਾ ਅੱਜ ਤੱਕ ਕੋਈ ਤਾਂ ਕੁਝ ਨਹੀਂ ਹੋਇਆ ਹੂੰ ਫਿਰ ਇਸ ਕੇ ਵੀ ਤਾਂ ਹੁਣ ਮਸਲਾ ਹੀ ਬੜਾ ਅਜੀਬ ਹੋ ਗਿਆ ਕਿ ਮਤਲਬ ਨਾ ਸਾਲੇ ਕੋਈ ਵਿਧਾਨ ਸਭਾ ਕੁਝ ਕਰਦੀ ਐ ਨਾ ਅਫਸਰਸ਼ਾਹੀ ਕੁਝ ਕਰਦੀ ਐ ਨਾ ਅਦਾਲਤਾਂ ਕੁਝ ਕਰਦੀ ਐ ਤਾਂ ਕੀਤਾ ਕੀ ਜਾਵੇ ਹੂੰ ਤਾਂ ਉਸ ਤੋਂ ਬਾਅਦ ਫਿਰ ਇਹ ਆਇਆ ਵੀ ਇਹ ਜਿਹੜੇ ਨਾ ਮਤਲਬ ਪਾਣੀਆਂ ਨੂੰ ਬਚਾਉਣ ਨਾਲ ਮੁੱਦਾ ਇਹ ਬਹੁਤ ਇੰਪੋਰਟੈਂਟ ਐ ਵੀ ਇਹਦੇ ਤੇ ਗੱਲ ਕਰਨੀ ਚਾਹੀਦੀ ਐ ਤਾਂ ਅਸੀਂ ਇਹਦੇ ਤੇ ਗੱਲਬਾਤ ਸ਼ੁਰੂ ਕੀਤੀ ਤਾਂ ਉਹ ਕਰਦਿਆਂ ਕਰਦਿਆਂ ਮਤਲਬ ਉੱਥੇ ਮਨਦੀਪ ਧਰਦੋ ਨੇ ਪਾਣੀਆਂ ਦੇ ਪੋਲੂਸ਼ਨ ਤੇ ਲਗਾਇਆ ਗੁਰਜੀਤ ਰਾਣਾ ਦੀ ਫੈਕਟਰੀ ਤੇ ਲਗਾਇਆ ਇਧਰੋਂ ਮਤਲਬ ਅਸੀਂ ਨਹਰੀ ਪਾਣੀ ਦੀ ਮੰਗ ਕੀਤੀ ਹੂੰ ਤੇ ਪਰ ਇਹ ਮਤਲਬ ਬੜੇ ਛੋਟੇ ਲੈਵਲ ਤੇ ਰਿਹਾ ਕਿਸੇ ਨੇ ਕੋਈ ਖਾਸ ਗੱਲ ਨਹੀਂ ਸੁਣੀ ਹੂੰ ਪਹਿਲੀ ਵਾਰ ਇਹ ਵੱਡਾ ਮੁੱਦਾ ਬਣਿਆ ਜਦੋਂ ਜੀਰਾ ਫੈਕਟਰੀ ਦੇ ਵਿੱਚ ਇਹ ਆਇਆ ਹੂੰ ਮਸਲਾ ਜੀ ਤਾਂ ਮੈਨੂੰ ਉੱਥੋਂ ਫੋਨ ਆਇਆ ਵੀ ਇਸ ਤਰ੍ਹਾਂ ਕਰਕੇ ਆਏ ਹੋਏ ਐ ਤੇ ਤੇ ਅਸੀਂ ਇੱਥੇ ਲਗਾ ਰਹੇ ਹਾਂ ਤਾਂ 24 ਸਤ ਨੂੰ ਪਹਿਲਾਂ ਤਾਂ ਨਹੀਂ ਸੀ ਤੇ ਮੈਂ ਉਸ ਦਿਨ ਵੀ ਗਈ ਸੀ ਉੱਥੇ ਉਸ ਤੋਂ ਬਾਅਦ ਮੈਂ ਉੱਥੇ ਰੈਗੂਲਰਲੀ ਜਾ ਰਹੀ ਹਾਂ ਤਾਂ ਬਾਅਦ ਵਿੱਚ ਉੱਥੇ ਜਿਹੜੀ এনवायरमेंट ਟੀਮ ਬਣੀ ਉਸ ਉਹਦੀ ਮੈਂ ਕਿਸਾਨਾਂ ਵੱਲੋਂ ਮੈਂਬਰ ਬਣੀ ਤਾਂ ਉਸ ਦੀ ਜਿਹੜੀ ਰਿਪੋਰਟ ਆਈ ਹੈ ਉਹਨੋਂ ਉਹਦੇ ਵਿੱਚ ਇਹ ਪੰਜ ਮਤਲਬ ਰਿਪੋਰਟਸ ਫੇਲ ਹੋਈਆਂ ਜਿਹੜੀਆਂ ਅੰਦਰੋਂ ਲਈਆਂ ਸੀ ਉਹਨਾਂ ਨੇ ਆਲੇ ਦੁਆਲੇ ਤੋਂ ਵੀ ਲਈਆਂ ਸੀ ਪਰ ਅੰਦਰ ਵਾਲੀਆਂ ਪੰਜ ਫੇਲ ਹੋ ਗਈਆਂ ਉਹਦੇ ਵਿੱਚ ਲੈਡ ਆਇਆ ਆਰਸੈਨਿਕ ਆਇਆ ਕ੍ਰੋਮੀਅਮ ਆਇਆ ਤੇ ਇਹ ਇੱਕ ਫਾਈਲ ਨੇ ਲਿਖਾਇਆ ਹੁਣ ਇਹ ਸਾਰੇ ਇੰਡਸਟਰੀ ਦੇ 엘ਿਮੈਂਟਸ ਹੈ ਤੇ ਇਹ ਅਸੀਂ ਹੁਣ ਗੱਲ ਕਰਦੇ ਸੀ ਤਾਂ ਮੈਂ ਕਿਉਂਕਿ ਗਾਇਨੇਕੋਲੋਜਿਸਟਾਂ ਤਾਂ ਮੇਰੀ ਤਾਂ ਕੋਈ ਅਥਾਰਟੀ ਨਹੀਂ ਸੀ ਮੰਨੀ ਜਾਂਦੀ ਅਸੀਂ ਕਹਿੰਦੇ ਸੀ ਵੀ ਜੀ ਇਹ ਵਾਟਰ ਡੰਪ ਕਰ ਰਹੇ ਆ ਵੀ ਇਥਨਲ ਬਣਾਉਣਾ ਉਸਤੇ ਇਕੁਲੇਟਰ ਇਥਨਲ ਬਣਾਉਣਾ ਉਸਤੇ ਜਿਹੜਾ ਐਫੂਲੈਂਟ ਨਿਕਲਦਾ ਉਹ ਜਾਂਦਾ ਕਿੱਥੇ ਹੈ ਹੂੰ ਵੀ ਸਾਨੂੰ ਜਵਾਬ ਤਾਂ ਦਿਓ ਇਸ ਗੱਲ ਦਾ ਸੋ ਸੰਸੀਚੇਵਲ ਵੀ ਆਏ ਉਹ ਵੀ ਆ ਕੇ ਗੋਗਲੋਂ ਤੋਂ ਮਿੱਟੀ ਝਾੜ ਗਏ ਤੇ ਬਾਅਦ ਚ ਤਾਂ ਹੋਰੀ ਜਿਵੇਂ ਗੰਦ ਪਾ ਗਏ ਬਿਆਨ ਹੀ ਬਦਲ ਗਏ ਕਹਿੰਦੇ ਪਤਾ ਨਹੀਂ ਉਹਨਾਂ ਨੇ ਕਿੱਥੋਂ ਗੰਦੀਆ ਬੋਤਲਾਂ ਭਰ ਕੇ ਰੱਖੀ ਹੋਣੀਆਂ ਸੀ ਤੇ ਮਤਲਬ ਸਾਰੇ ਯਾਨੀ ਉਹਨਾਂ ਨੂੰ ਬੜਾ ਅਫਸੋਸ ਹੋਇਆ ਬੀ ਜੀਏ ਨੰਗੇ ਹੋ ਗਏ ਫਿਰ ਸਾਨੂੰ ਉਹਨਾਂ ਦੀ ਵਿਚਾਰਤ ਰੱਖਦਾ ਪਹਿਲਾਂ ਵੀ ਕੁੱਲ ਮਿਲਾ ਕੇ ਜੇ ਮੈਂ ਤੁਹਾਨੂੰ ਮਾਫੀ ਚਾਹੂੰਗਾ ਰੋਕਣਾ ਚਾਹੂੰਗਾ ਜਿਹੜਾ ਪਾਣੀਆਂ ਦਾ ਬੰਦਾ ਇਹਦੇ ਉੱਤੇ ਜਿਹੜਾ ਸਰਕਾਰੀ ਅਹੁਦੇ ਤੇ ਬੰਦਾ ਬੈਠਾਗਾ ਚਾਹੇ ਉਹ ਰਾਜਨੀਤਿਕ ਆ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਆ ਤੁਹਾਨੂੰ ਲੱਗਦਾ ਵੀ ਉਹਨੇ ਸੰਜੀਦਾ ਹੈ ਨਹੀਂ ਉਹਨੇ ਉਹਨਾਂ ਨੇ ਕੰਮ ਹੀ ਨਹੀਂ ਕੀਤਾ ਹਾਂ ਹੁਣ ਦੀ ਗੱਲ ਦੇਖ ਲਓ ਤੁਸੀਂ ਅ ਅੱਜ ਚੌਥੀ ਰਿਪੋਰਟ ਹੈ ਨਾ ਨਹੀਂ ਕਾਫੀ ਦੇਰ ਲੀ ਕੋਈ ਹੋਈ ਹੈ ਹਾਂ ਤਾਂ ਗਈ ਸੀ ਪਰ ਇਹਨਾਂ ਨੇ ਬਾਹਰ ਨਹੀਂ ਗੱਡੀ ਹਾਂ ਉਸ ਤੋਂ ਬਾਅਦ ਇਹ ਪੋਲਿਊਸ਼ਨ ਬੋਰਡ ਵਾਲੇ ਇਹਨਾਂ ਨੇ ਐਨਓਸੀ ਕੈਨਸਲ ਕਰਤਾ ਜਦੋਂ ਭਗਵਾਨਦ ਮੰਨੇ ਐਨਾਨਸ ਕੀਤਾ ਵੀ ਅਸੀਂ ਬੰਦ ਕਰ ਰਹੇ ਹਾਂ ਪੋਲਿਊਸ਼ਨ ਅਰਸੇ ਤਾਂ ਉਹ ਐਡੀਸੀ ਰਵਿੰਦਰ ਕੁਮਾਰ ਆਇਆ ਹਾਂ ਤਾਂ ਉਹਨੇ ਆਕੇ ਕਿਹਾ ਵੀ ਮਤਲਬ ਇਹ ਅਸੀਂ ਇਹਨੂੰ ਐਨਓਸੀ ਨਹੀਂ ਦੇਰੇ ਅਸੀਂ ਪੁੱਛਿਆ ਵੀ ਇਹਨੂੰ ਸੀਲ ਕਰੋਗੇ ਫੈਕਟਰੀ ਨੂੰ ਤਾਂ ਉਹ ਆਪਣੀਆਂ ਦਿਨ ਲੱਗ ਗਿਆ ਜੀ ਆਈ ਨਹੀਂ ਹੁੰਦਾ ਹੁੰਦਾ ਆਏ ਆ ਉਹਦੀ ਪ੍ਰਾਪਰਟੀ ਆ ਉਹ ਕਹੂਗਾ ਮੈਂ ਤਾਂ ਅੰਦਰ ਫੁੱਟਬਾਲ ਖੇਡਣ ਜਾਣਾ ਅਸੀਂ ਕਿਹਾ ਵੀ ਇਹ ਫੈਕਟਰੀ ਹੈ ਇਹ ਖੇਡ ਦਾ ਮੈਦਾਨ ਨਹੀਂ ਹੈਗਾ ਵੀ ਉਹਨੇ ਫੁੱਟਬਾਲ ਖੇਡਣ ਜਾਣਾ ਤੇ ਜਿਹੜੀ ਫੈਕਟਰੀ ਲੋਕਾਂ ਦੀ ਜ਼ਿੰਦਗੀ ਨਾਲ ਪੋਲੂਸ਼ਨ ਕਰ ਰਹੀ ਹੈ ਹੈ ਉਹ ਤਾਂ ਸੀਲ ਹੋਣੀ ਚਾਹੀਦੀ ਹੈ ਚਲੋ ਅਸੀਂ ਇਹ ਮੰਨਦੇ ਆ ਵੀ ਤੁਹਾਡੇ ਵਾਸਤੇ ਨਹੀਂ ਹੈਗਾ ਉਹ ਵੱਡਾ ਮੁੱਦਾ ਉਹ ਭਗਵੰਤ ਮਾਨ ਕਰ ਸਕਦਾ ਹੈ ਚਲੋ ਮੈਨੂੰ ਇਹਨਾਂ ਦੱਸ ਦੋ ਵੀ ਜਿਹੜੇ ਪੋਲਿਊਸ਼ਨ ਬੋਰਡ ਵਾਲੇ ਕਰਮਚਾਰੀ ਐ ਉਹ ਤਾਂ ਤੁਹਾਡੇ ਅਧੀਨ ਐ ਨਾ ਹੂੰ ਤੇ ਉਹਨਾਂ ਨੇ ਜਿਹੜੀਆਂ ਗਲਤ ਰਿਪੋਰਟਾਂ ਦਿੱਤੀਆਂ ਉਹਨਾਂ ਤੇ ਐਕਸ਼ਨ ਲਵੋਗੇ ਉਹ ਉਸ ਗੱਲ ਤੇ ਨਾਣ ਫੇਰ ਗੱਲ ਘੁਮਾ ਦੇਣ ਅਸੀਂ ਵੀ ਡਟੇ ਰਹੇ ਵੀ ਨਹੀਂ ਸਾਡਾ ਜਿਹੜਾ ਇੱਕੋ ਹੀ ਗੱਲ ਸਵਾਲ ਐ ਉਹਦਾ ਜਵਾਬ ਦਿਓ ਹੂੰ ਤੇ ਅੰਤ ਤੱਕ ਕੋਈ ਜਵਾਬ ਨਹੀਂ ਦੇ ਗਿਆ ਹੂੰ ਹੁਣ ਦੇਖੋ ਮੈਂ ਹੁਣ ਰਿਪੋਰਟਸ ਦੇ ਵਿੱਚ ਇਹ ਪੋਲਿਊਸ਼ਨ ਆ ਗਿਆ ਹੂੰ ਹੁਣ ਮੈਂ ਮੰਗ ਕਰਦੀ ਆਂ ਵੀ ਇਸ ਸਾਰੇ ਪੀਰੀਅਡ ਦੌਰਾਨ ਜਿੰਨੇ ਪੋਲਿਊਸ਼ਨ ਬੋਰਡ ਦੇ ਕਰਮਚਾਰੀ ਸੀ ਜਿੰਨੇ ਇੱਥੇ ਡੀਸੀ ਲੱਗੇ ਜਿੰਨੇ ਡੀਸੀ ਲੱਗੇ ਜਿੰਨੇ ਐਸਡੀਐਮ ਲੱਗੇ ਉਹਨਾਂ ਸਾਰਿਆਂ ਤੇ ਕੇਸ ਦਰਜ ਹੋਣਾ ਚਾਹੀਦਾ ਹੂੰ ਤੇ ਉਹਨਾਂ ਦੀ ਛਾਂਟੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੇ ਅਫਸਰਸ਼ਾਹੀ ਸੋਹਰਦ ਨਹੀਂ ਹੈਗੀ ਅਫਸਰਸ਼ਾਹੀ ਕੰਮ ਨਹੀਂ ਕਰਦੀ ਤਾਂ ਅਸੀਂ ਆਪ ਦਾ ਟੈਕਸ ਦੇ ਪੈਸੇ ਚ ਉਹਨਾਂ ਨੂੰ ਤਨਖਾਹਾਂ ਕਿਉਂ ਦਈਏ ਡਾਕਟਰ ਜੀ ਪਰ ਹੁਣ ਇੱਥੇ ਇੱਕ ਸਵਾਲ ਹੋਰ ਖੜਾ ਹੁੰਦਾ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਚੱਕਿਆ ਵੀ ਜਦੋਂ ਫੈਕਟਰੀ ਲੱਗ ਰਹੀ ਸੀ ਜਾਂ ਲੱਗਣ ਤੋਂ ਪਹਿਲਾਂ ਜਦੋਂ ਜ਼ਮੀਨ ਐਕਵਾਇਰ ਕੀਤੀ ਕਿ ਉਦੋਂ ਨਹੀਂ ਪਤਾ ਸੀਗਾ ਲੋਕਾਂ ਨੂੰ ਵੀ ਸ਼ਰਾਬ ਫੈਕਟਰੀ ਆ ਇਹਨਾਂ ਖਤਰਨਾਤ ਮਤਲਬ ਜਿਹੜੀ ਲੋਕਾਂ ਦੀ ਜਾਗਰੂਕਤਾ ਗਈ ਵੀ ਉਸ ਲੈਵਲ ਤੱਕ ਹਜੇ ਹੋਈ ਨਹੀਂ ਜਾਂ ਕਿਵੇਂ ਉੱਥੇ ਕਿਵੇਂ ਆ ਜਦੋਂ ਕਿ ਆਮ ਤੌਰ ਤੇ ਕਹੇ ਜਾਂਦਾ ਵੀ ਜਦੋਂ ਕੋਈ ਪ੍ਰੋਜੈਕਟ ਲੱਗਦਾ ਸਰਕਾਰ ਦਾ ਸੜਕ ਨਿਕਲਦੀ ਜਾਂ ਹੋਰ ਉਦੋਂ ਜਿਹੜਾ ਜ਼ਿੰਮੇਦਾਰ ਆ ਉਹ ਇਸ ਪੱਖ ਨੂੰ ਹੋ ਜਾਂਦਾ ਵੀ ਸਾਡਾ ਕਿੱਲਾ ਇੰਨੇ ਕਰੋੜ ਦਾ ਹੋ ਗਿਆ ਤਾਂ ਹੁਣ ਅਸੀਂ ਫਲਾਨੀ ਥਾਂ ਤੇ ਜਾ ਕੇ ਇੱਕ ਕਿੱਲੇ ਦੀ ਬਜਾਏ ਅਸੀਂ ਪੰਜ ਕਿੱਲੇ ਤਿੰਨ ਕਿੱਲੇ ਜ਼ਮੀਨ ਲੈ ਸਕਦੇ ਮਤਲਬ ਉਹ ਚੀਜ਼ ਆ ਜਿਹੜੀ ਨਹੀਂ ਇਹ ਵੀ ਇਹ ਵੀ ਇੱਕ ਨਰੇਟਿਵ ਸਰਕਾਰ ਵੱਲੋਂ ਫਿਲਜਿਆ ਗਿਆ ਹਾਂ ਇਹ ਆਈ ਨਹੀਂ ਹੋਇਆ ਇਹ 2006 ਜਨਵਰੀ ਵਿੱਚ ਲੋਕਾਂ ਨੇ ਮਤਾ ਪਾਇਆ ਸੀ ਬਈ ਇਹ ਅਸੀਂ ਨਹੀਂ ਚਾਹੁੰਦੇ ਇੱਥੇ ਇਵੋਲੂਸ਼ਨ ਕਰੋਗੀ ਫੇਕੀ ਹੂੰ ਅੱਛਾ ਇਹ ਮਤਾ ਪਾਇਆ ਸੀ ਪਾਇਆ ਹੋਇਆ ਹੂੰ ਸਾਡੇ ਕੋਲ ਉਸ ਸਬੂਤ ਹੈ ਗਿਆ ਸਬੂਤ ਹੈ ਗਿਆ ਹਾਂ ਤੇ ਕੁਝ ਪਿੰਡਾਂ ਨੇ ਤਾਂ ಗ್ರಾಮ ਸਭ ਦੇ ਮਤੇ ਪਾਇਏ ਹੋਏ ਹੂੰ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਪਿੰਡਾਂ ਨੇ ਹਲਕੇ ਮਤੇ ਪਾਇਏ ਹੋਏ ਹੂੰ ਤਾ 7-8% ਇਹ ਸੀਗੀ ਸ਼ਰਾਬ ਫੈਕਟਰੀ ਇਹ ਛੋਟੀ ਫੈਕਟਰੀ ਸੀ ਹੂੰ ਧਰਨੇ ਵੀ ਲੱਗੇ ਇੱਥੇ ਜੀ ਕਿ ਇਹਨੂੰ ਫੈਕਟਰੀ ਦਾ ਪੋਲੂਸ਼ਨ ਬੰਦ ਕਰੋ ਹਾਂ ਤੇ ਇਹਦੇ ਕੋਲੇ ਇੱਕ ਖੰਡ ਮਿਲ ਹੁੰਦੀ ਸੀ ਹੂੰ ਤਾਂ ਸਰਕਾਰ ਨੇ ਖੰਡ ਮਿਲ ਤਾਂ ਬੰਦ ਕਰਤੀ ਜਿਹੜੀ ਲੋਕਾਂ ਨੂੰ ਚਾਹੀਦੀ ਸੀ ਹੈ ਤੇ ਇਹ ਨਹੀਂ ਬੰਦ ਕੀਤੀ ਹੂੰ ਪਰ ਇਹ ਆਵਾਜ਼ો ਦੋਂ ਮਤਲਬ ਮੇਨ ਮੀਡੀਆ ਤੱਕ ਗਈ ਨਹੀਂ ਹੂੰ 2006-7 ਵਿੱਚ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਜਦੋਂ ਹੁਣ ਧਰਨੇ ਦੇ ਵਿੱਚ ਆਈ ਤਾ ਮੈਨੂੰ ਹੁਣ ਪਤਾ ਲੱਗਿਆ ਵੀ ਉਹਨਾਂ ਨੇ 2006 ਦੇ ਪੁਰਾਣੇ ਬੰਦਿਆਂ ਤੋਂ ਅਸੀਂ ਜਦੋਂ ਪੁੱਛਿਆ ਪੰਚਾਇਤਾਂ ਨੂੰ ਅਸੀਂ ਤੁਹਾਡੇ ਵਾਲਾ ਸਵਾਲ ਮੈਂ ਵੀ ਪੁੱਛਿਆ ਉਹਨਾਂ ਨੂੰ ਹਾਂ ਤਾਂ ਉਹਨਾਂ ਨੇ ਕਿਹਾ ਵੀ ਮੈਂ ਮੈਡਮ ਅਸੀਂ ਵਿਰੋਧ ਕਰਦੇ ਨਹੀਂ ਸਾਡੀ ਸੁਣੀ ਨਹੀਂ ਮਤਲਬ ਉਹ ਮਤੇ ਛੋਡੇ ਕੋਲੇ ਹੈਗੇ ਨੇ ਹਾਂ ਲਿਖਤ ਲਿਖਤ ਸਾਰੇ ਪਿੰਡਾਂ ਦੇ ਹਾਂ ਸਾਰਿਆਂ ਦੇ ਮਤਲਬ ਜਿਹੜਾ ਪਹਿਲਾ ਪਾਇਆ ਨਾ ਸਭ ਤੋਂ ਪਹਿਲਾ ਉਹ ਅਮਰਜੀਤ ਸਰਪੰਚ ਨੇ ਪਾਇਆ ਸੀ 2031 ਜਨਵਰੀ 2006 ਹੂੰ ਉਹਨਾਂ ਨੇ ਪੋਲਿਊਸ਼ਨ ਬੋਰਡ ਨੂੰ ਵੀ ਲਿਖਿਆ ਤੇ ਡੀਸੀ ਨੂੰ ਵੀ ਲਿਖਿਆ ਹੂੰ ਹੁਣ ਇਹਦੇ ਨਾਲ ਲੱਗਦੀ ਗੱਲ ਇੱਕ ਹੋਰ ਗੱਲ ਆ ਗਈ ਜਦੋਂ ਸੂਬੇ ਦੇ ਮੁੱਖ ਮੰ ਇਹ ਅਨਾਊਂਸਮੈਂਟ ਕਰਦੇ ਨੇ ਵੀ ਫੈਕਟਰੀ ਬੰਦ ਉਦੋਂ ਜਸ਼ਨ ਵੀ ਮਨਾਏ ਜਾਂਦੇ ਆ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਹਨਾ ਉਡੀ ਜੇ ਵੀ ਚੱਲਿਆਗਾ ਮੀਡੀਆ ਨੇ ਵੀ ਬਹੁਤ ਵੱਡੀ ਕਵਰੇਜ ਦਿੱਤੀ ਵੀ ਬੱਲੇ ਬੱਲੇ ਵੀ ਸਾਰਾ ਮੋਰਚਾ ਜਤਰਾ ਪਰ ਲਿਖਤ ਦੇ ਵਿੱਚ ਉਹੇ ਤਾਂ ਕੁਝ ਨਹੀਂ ਹੈ ਤੁਹਾਨੂੰ ਕੀ ਲੱਗਦਾ ਵੀ ਜਸ਼ਨ ਨਹੀਂ ਮਨਾਇਆ ਹਾਂ ਤੁਸੀਂ ਠੀਕ ਹੈ ਤੁਸੀਂ ਅਸੀਂ ਮੋਰਚੇ ਵਾਲਿਆਂ ਨੇ ਜਸ਼ਨ ਨਹੀਂ ਮਨਾਇਆ ਅਸੀਂ ਕਿਹਾ ਜੀਨੀ ਦੇਰੇ ਲਿਖਤ ਨਹੀਂ ਕਰਦੇ ਹਾਂ ਅਸੀਂ ਜਸ਼ਨ ਉਦੋਂ ਮਨਾਵਾਂਗੇ ਜਦੋਂ ਲਿਖਤ ਆ ਜਾਊਗਾ ਪਰ ਜਿਹੜੇ ਲੋਕ ਉਨੇ ਟਾਈਮ ਦੇ ਉੱਤੇ ਮਤਲਬ ਆ ਰਹੇ ਸੀ ਲਗਾਤਾਰ 2-3-5 ਮਹੀਨਿਆਂ ਤੋਂ ਜਿਹੜੇ ਆ ਰਹੇ ਸੀ ਕੀ ਆਪਾਂ ਉੱਥੇ ਵੀ ਫੇਲ ਹੋਏ ਆ ਤੁਸੀਂ ਫੇਲ ਹੋਏ ਹੋ ਮੰਨਦੇ ਹੋ ਵੀ ਸਮਝਾਉਣ ਦੇ ਵਿੱਚ ਲੋਕਾਂ ਨੂੰ ਵੀ ਉਹ ਗੱਲ ਟੈਕਨੀਕਲੀ ਪੁਆਇੰਟ ਆਫ ਊ ਵੀ ਤੋਂ ਨਹੀਂ ਸਮਝਾ ਸਕਿਆ ਵੀ ਇੱਕ ਅਨਾਉਂਸਮੈਂਟ ਹੋ ਗਈ ਤਾਂ ਇਹਦਾ ਮਤਲਬ ਨਹੀਂ ਉਹ ਸਮਝ ਗਏ ਹੁਣ ਲੋਕ ਤਾਂ ਹੀ ਕਰਨਾ ਚੱਕਿਆ ਨਹੀਂ ਗਿਆ ਤਾਂ ਹੀ ਆ ਰਹੇ ਲੋਕ ਤੇ ਜਿਹੜਾ ਹੋਣਾ ਹੈ ਜੀਰਾ ਵਿਖੇ ਵੱਡੀ ਲੱਲੀ ਹੋਈ ਐ ਚੇਤਾਮ ਨਹੀਂ ਲੱਲੀ ਉਹ ਉਸੇ ਦਾ ਨਤੀਜਾ ਹੈ ਹੂੰ ਵੀ ਲੋਕਾਂ ਨੂੰ ਸਮਝਾ ਗਈ ਇਹ ਠੀਕ ਹੈ ਗੱਲ ਵੀ ਪੰਜਾਬ ਦੇ ਵਿੱਚ ਨਾ ਲੋਕ ਲੜਨ ਨੂੰ ਤਕੜੇ ਐ ਹੂੰ ਫੌਜ ਵਿੱਚ ਭਰਤੀ ਫੌਨ ਨੂੰ ਤਕੜੇ ਐ ਉਹ ਧਰਨੇ ਦੇ ਨੂੰ ਤਕੜੇ ਐ ਕਲਮ ਦੀ ਮਾਰ ਘੱਟ ਮਾਰਦੇ ਐ ਇਹ ਮੈਂ ਸਹਿਮਤ ਹਾਂ ਹਾਂ ਤੇ ਅਸੀਂ ਇਹ ਸਖਾਰੇ ਉਹਨਾਂ ਨੂੰ ਵੀ ਕਲਮ ਦੀ ਮਾਰ ਮਾਰੋ ਤੇ ਗ੍ਰਾਮ ਸਭਾ ਦੇ ਵਾਸਤੇ ਵੀ ਯਤਨ ਕਰੋ ਅੱਜ ਵੀ ਮੈਂ ਜਿਹੜਾ ਬੋਲੀ ਸੀ ਮੈਨੂੰ ਟਾਈਮ 2 ਮਿੰਟ ਦਾ ਸੀ ਪਰ ਮੈਂ 3 ਮਿੰਟ ਦੀ ਹੋ ਗਈ ਸਪੀਚ ਮੈਂ ਬਾਅਦ ਚ ਦੇਖਿਆ ਸੀ ਹਾਂ ਉਹਦੇ ਵਿੱਚ ਵੀ ਮੈਂ ਇਹੀ ਗੱਲ ਕਹੀ ਸੀ ਵੀ ਤੁਸੀਂ ਧਰਨੇ ਤੇ ਜਿਹੜੇ ਅੱਜ ਵੱਡੀ ਰੈਲੀ ਵਾਲੇ ਨੇ ਆਜੋ ਬਾਕੀ 5-5 ਬੰਦੇ ਆਓ ਤੇ ਬਾਕੀ ਬੰਦੇ ਆਪਦੇ ਪਿੰਡ ਦੇ ਲੋਕਾਂ ਨੂੰ ਦੱਸੋ ਤੇ ਪਿੰਡ ਦੇ ਵਿੱਚ ਗ੍ਰਾਮ ਸਭਾ ਕਰਕੇ ਗ੍ਰਾਮ ਸਭਾ ਦੇ ਵਿੱਚ ਮਤਾ ਪਾਓ ਜਿਹੜਾ ਗ੍ਰਾਮ ਸਭਾ ਦਾ ਮਤਾ ਹੈ ਉਹ ਕੋ ਹਾਈ ਕੋਰਟ ਵੀ ਚੈਲੰਜ ਨਹੀਂ ਕਰ ਹੋ ਸਕਦਾ ਹਾਈ ਕੋਰਟ ਵੀ ਤੇ ਜੇ ਹੁਣ ਇਹ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਹਾਂ ਆਲੇ ਦੁਆਲੇ ਦੀਆਂ ਇਹ ਮਤੇ ਪਾ ਦੇਣ ਤੇ ਇਹ ਮਤਾ ਪਾਉਣ ਵੀ ਸਾਨੂੰ ਨਹਿਰੀ ਪਾਣੀ ਦੀ ਜਿਸ ਚਾਹੀਦੇ ਹੋ ਹੂੰ ਤਾਂ ਇਹ ਬਹੁਤ ਵੱਡੀ ਗੱਲ ਹੋ ਜੂਗੀ ਹੂੰ ਪਰ ਇਸ ਪੱਛੇ ਵੱਲ ਨੂੰ ਕਿਉਂਕਿ ਅਸੀਂ ਦੱਸ ਹੀ ਸਕਦੇ ਹਾਂ ਮੈਂ ਤਾਂ ਆਪ ਸ਼ਹਿਰ ਚ ਲੈਣਨੀ ਹੂੰ ਤਾ ਕੰਨਾ ਤਾਂ ਪਿੰਡ ਵਾਲਿਆਂ ਨੇ ਹੂੰ ਤਾਂ ਇਹ ਕਲਮ ਦੀ ਮਾਰ ਮਾਰਨ ਵਾਲੇ ਵਾਸਤੇ ਰੁਝਾਨ ਥੋੜਾ ਘਟ ਹੈ ਹੂੰ ਤੁਸੀਂ ਤਾਂ ਢੋਲੀ ਵਜਾਉਣਾਗਾ ਢੋਲੀ ਵਜਾ ਸਕਦੇ ਹਾਂ ਹਾਂ ਢੋਲੀ ਵਜਾ ਸਕਦੇ ਜੇ ਹੁਣ ਇਹਦੀ ਗੱਲ ਕਰਦੇ ਆਪਾਂ ਇਹ ਜੋੜੀਆਂ ਨਹਿਰਾਂ ਦੀ ਉਹੜਾ ਕੰਕਰੀਟ ਵਾਲਾ ਮੂਮੀ ਕਾਗਜ ਪਾਇਆ ਜਾਣਾ ਮੋ ਜਾਵਾ ਉਹਨੂੰ ਲੈ ਕੇ ਤੁਹਾਡਾ ਕੀ ਆ ਭਈ ਇਹ ਵੀ ਇਹ ਮੁੱਦਾ ਸਭ ਤੋਂ ਪਹਿਲਾਂ ਸੀ ਫ੍ਰੀਕ ਕੋਟ ਚੁੱਕਿਆ ਸੀ ਜਲ ਜੀਵਨ ਬਚਾਓ ਬੋਰਚਾ ਦੀ ਹਾਂ ਤਾਂ ਉੱਥੇ ਇਹ ਮਤਲਬ ਕਰਦੇ ਰਹੇ ਫਿਰ ਉਦੋਂ ਜਨਵਰੀ ਚ ਕਹਿੰਦੇ ਸੀ ਬੰਦੀ ਹੋਊਗੀ ਹੂੰ ਤਾਂ ਨੀ ਪਹਿਲਾਂ ਉਦੋਂ ਪਹਿਲਾਂ ਹੋਣੀ ਸੀ ਬੰਦੀ ਫਿਰ ਉਹ ਲੇਟ ਕਰਤੀ ਇਹਨਾਂ ਨੇ ਜਨਵਰੀ ਚ ਕਰਤੀ ਜਨਵਰੀ ਚ ਕਰਤੀ ਅਸੀਂ ਸੋਚਿਆ ਵੀ ਇਹਨਾਂ ਨੇ ਜਮਲੀ ਚ ਜਾਣ ਕੇ ਕੀਤੀ ਹੈ ਵੀ ਉਦੋਂ ਠੰਡ ਜ਼ਿਆਦਾ ਹੋਊਗੀ ਤੇ ਇਹ ਵਿੱਚ ਵੜ ਨਹੀਂ ਸਕਣਗੇ ਪਾਣੀ ਦੇ ਵਿੱਚ ਹੂੰ ਤੇ ਉਹ ਪਰ ਰੋਲਾ ਜ਼ਿਆਦਾ ਪੈ ਗਿਆ ਇਧਰੋਂ ਇਹ ਫਰੋਜ਼ਪੁਰ ਵਾਲੇ ਪਾਸਿਓਂ ਮਿਸਲ ਸਾਤਲੂਜ ਵਾਲਿਆਂ ਨੇ ਪਤਾ ਤਾਂ ਫਿਰ ਉਹ ਉਹ ਬੰਦੀ ਵੀ ਪੋਸਟਪੋਨ ਹੋ ਗਈ ਹੂੰ ਤਾਂ ਉੱਥੇ ਅਸੀਂ ਉਸ ਤੋਂ ਬਾਅਦ ਗੁਰਦਿੱਤ ਦਾ ਕਰਾਓ ਕੀਤਾ ਹੂੰ ਐਮਐਲਏ ਨੇ ਜਿਹੜੇ ਫਰੀਦਕੋਟ ਹਾਂ ਹੂੰ ਤਾਂ ਉਹਨਾਂ ਨੇ ਇੱਕ ਸਵਾਲ ਪੁੱਛਿਆ ਵੀ ਜਿਹੜੀ ਤੁਹਾਨੂੰ ਮੈਂ ਈਮੇਲ ਪਾਈ ਸੀ ਹੂੰ ਤੁਸੀਂ ਉਹਦਾ ਕੀ ਕੀਤਾ ਵੀ ਤੁਸੀਂ ਵਿਧਾਨ ਸਭਾ ਵਿੱਚ ਸੈਸ਼ਨ 'ਚ ਕੋਈ ਜ਼ੀਰੋ ਆਰ ਚਾਬ ਦੀ ਗੱਲ ਚੱਕੀ ਹੂੰ ਜਾਂ ਤੁਸੀਂ ਕੈਬਨਟ ਵਾਲਿਆਂ ਨੂੰ ਅੱਗੇ ਲਿਖ ਕੇ ਦਿੱਤਾ ਵੀ ਆ ਮੁੱਦਾ ਵਿਚਾਰੋ ਮੇਰੇ ਇਲਾਕੇ ਦਾ ਹੈਗਾ ਹੂੰ ਤੇ ਉਹ ਉਹ ਕਹਿੰਦਾ ਜੀ ਮੈਂ ਪੈਂਜੀ ਇੰਨੀਆਂ ਚੀਜ਼ਾਂ ਹੁੰਦੀਆਂ ਇੰਨੀਆਂ ਗੱਲਾਂ ਆਉਂਦੀਆਂ ਸਾਰੀਆਂ ਧਿਆਨ 'ਚ ਨਹੀਂ ਆਉਂਦੀਆਂ ਮੈਂ ਕਿਹਾ ਕੱਲ ਸੁਣੋ ਮੈਂ ਤੁਹਾਨੂੰ ਫੋਨ ਕੀਤਾ ਸੀ ਪਰਸਨਲੀ ਹੂੰ ਤੇ ਤੁਹਾਨੂੰ ਦੱਸਿਆ ਸੀ ਵੀ ਮੈਂ 959 ਭਗਵੰਦ ਮਾਨ ਨੂੰ ਈਮੇਲ ਪਾਈ ਐ ਜੋੜੀਆਂ ਨਹਿਰਾਂ ਦੇ ਕੰਕਰੀਟ ਕਰਨ ਦੇ ਵਿਰੁੱਧ ਤੇ ਲਿਫਾਫਾ ਪਾਉਣ ਦੇ ਵਿਰੁੱਧ ਹੂੰ ਤੇ ਤੁਸੀਂ ਮੈਨੂੰ ਆਪਦਾ ਈਮੇਲ ਐਡਰੈਸ ਦਿਓ ਤੇ ਮੈਂ ਤੁਹਾਨੂੰ ਭੇਜਾਂ ਹੂੰ ਤੇ ਤੁਹਾਡਾ ਮੈਂ ਈਮੇਲ ਐਡਰੈਸ ਮੰਗ ਕੇ ਮੁੱਦਾ ਦੱਸ ਕੇ ਤੁਹਾਨੂੰ ਵੇਜੀ ਸੀ ਹੂੰ ਤੇ ਤੁਹਾਨੂੰ ਉਸ ਤੋਂ ਬਾਅਦ ਮੈਂ ਫੋਨ ਕਰਕੇ ਦੱਸਿਆ ਵੀ ਸੀ ਵੀ ਮੈਂ ਈਮੇਲ ਭੇਜੀ ਸੀ ਤੁਸੀਂ ਪਲੀਜ਼ ਚੈੱਕ ਕਰ ਲਓ ਤੇ ਐਕਸ਼ਨ ਕਰੋ ਹੂੰ ਤੇ ਤੁਸੀਂ ਕਹਿੰਦੇ ਹੋ ਵੀ ਜੇ ਇੰਨੇ ਮੁੱਦੇ ਆਉਂਦੇ ਤੁਹਾਡੇ ਵਾਸਤੇ ਹੋਰ ਕਿਹੜੇ ਮੁੱਦੇ ਜ਼ਿਆਦਾ ਇੰਪੋਰਟੈਂਟ ਹੈ ਹੂੰ ਹਾਂ ਮੇਰਾ ਪਰਸਨਲ ਮੁੱਦਾ ਤਾਂ ਨਹੀਂ ਸੀ ਨਾ ਜਿਹੜਾ ਤੁਸੀਂ ਭੁੱਲ ਗਏ ਜਾਂ ਤੁਹਾਡੇ ਕੋਲ ਟਾਈਮ ਨਹੀਂ ਬਚਿਆ ਕਰਨ ਦਾ ਮੈਂ ਆਪਦੇ ਵਾਸਤੇ ਤਾਂ ਕੋਈ ਆਟਾ ਦਾਲ ਨਹੀਂ ਮੰਗਿਆ ਮੈਂ ਤਾਂ ਸ਼ਹਿਰ ਵਾਸਤੇ ਸਾਰੇ ਵਾਸਤੇ ਮੰਗ ਕੀਤੀ ਹੈ ਰਾਦਰ ਪੂਰੇ ਪੰਜਾਬ ਵਾਸਤੇ ਮੰਗ ਕੀਤੀ ਹੈ ਤਾਂ ਉਹ ਜਵਾਬ ਨਹੀਂ ਦੇ ਸਕਿਆ ਉੱਥੇ ਚਲੋ ਉਹਨੇ کیا ਵੀ ਮੈਂ ਜਾ ਕੇ ਅਤਕੀ ਗੱਲ ਰੱਖੂਗਾ ਉਹਨੇ ਕੋਈ ਗੱਲ ਰੱਖੀ ਨਹੀਂ ਰੱਖੀ ਨਹੀਂ ਜਾਣਦੇ ਕਿਉਂਕਿ ਸਾਡੇ ਕੋਲ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਫੇਸਬੁੱਕ ਤੇ ਇੱਕ ਆ ਗਈ ਬੀਏ ਮਤਲਬ ਜਿਹੜੇ ਹੈਗੇ ਇਹਨਾਂ ਨੂੰ ਫਰੀਦਕੋਟ ਵਾਲੇ ਹਿੱਸੇ ਦੀ ਨਹਿਰ ਪੱਕੀ ਨਹੀਂ ਕੀਤੀ ਜਾਊਗੀ। ਹੂੰ। ਕੋਈ ਆਈਡੀਆ ਇਹ ਕਿੱਥੇ ਆਇਆ? ਉਹਨਾਂ ਦੇ ਫੇਸਬੁਕ ਤੇ ਲਿਖਿਆ ਹੈ। ਐਮਐਲਏ ਸਾਹਿਬ ਦੇ। ਉਹ ਜਿਹੜਾ ਪੇਜ ਬਣਾਇਆ ਹੋਇਆ ਫੈਨ ਗੁਰਦੇਵ ਸਿੱਖੋਂਦੇ। ਅੱਛਾ ਉਹਨਾਂ ਦੇ ਅਫੀਸ਼ੀਅਲ ਪੇਜ ਤੇ ਨਹੀਂ ਆ। ਮੈਂ ਮੈਂ ਨਾਲ ਅਸਲ ਵਿੱਚ ਇਹ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਉੱਥੋਂ ਆ ਕੇ ਇਹ ਪ੍ਰਚਾਰ ਹੋ ਗਿਆ। ਤਾਂ ਸਾਡੇ ਸਨ ਚ ਇਹ ਆਇਆ ਵੀ ਜਿਹੜੇ ਇਹ ਇਲਾਕੇ ਦੇ ਐਮਐਲਏ ਨੇ ਡਈਆ ਸਾਹਿਬ ਅੱਜ ਹੀ ਸਾਨੂੰ ਇੱਥੋਂ ਵੀ ਪਤਾ ਲੱਗਿਆ ਪਹਿਲਾਂ ਵੀ ਵੀ ਉਹਨਾਂ ਨੇ ਵਿਧਾਨ ਸਭਾ 'ਚ ਇਹ ਮੁੱਦਾ ਜਰੂਰ ਉਠਾਇਆ ਹਾਂ ਇਹਨਾਂ ਨੇ ਸਪੋਰਟ ਕੀਤਾ ਹਾਂ ਇਹਨਾਂ ਨੇ ਸਪੋਰਟ ਕੀਤਾ ਇਹਨਾਂ ਨੇ ਇਹ ਕੋਈ ਬੰਦਾ ਹੈ ਜੀ ਇਹਨੇ ਸਪੋਰਟ ਕੀਤਾ ਨੇ ਜੀਰੇ ਵਾਲੇ ਮੋਰਚੇ ਨੂੰ ਵੀ ਸਪੋਰਟ ਕੀਤਾ ਇੱਥੇ ਲੋਕਾਂ ਦਾ ਪ੍ਰੈਸ਼ਰ ਬਣ ਗਿਆ ਜੀ ਰੈਲੀ ਥਾਂ ਤੇ ਉੱਥੇ ਉਹਨੇ ਕੋਈ ਮਤਲਬ ਨਹੀਂ ਜਿਸ ਦਿਨ ਸੀ ਉਹਨਾਂ ਦਾ ਕਿਰਾਉ ਕੀਤਾ ਉਸ ਤੋਂ ਪਹਿਲਾਂ ਉਹਨਾਂ ਨੂੰ ਐਕਸੀਡੈਂਟ ਹੋ ਗਿਆ ਸੀ ਤਾਂ ਉਹ ਪੱਟਾ ਬੰਨੇ ਹੋਇਆ ਸੀ ਉਹਨਾਂ ਨੇ ਗੱਲ 'ਚ ਤੇ ਜ਼ਿਆਦਾ ਫਿਰ ਲੋਕਾਂ ਨੇ ਗੱਲ ਵੀ ਨਹੀਂ ਕੀਤੀ ਹਾਂ ਤਾ ਉਸ ਤੋਂ ਬਾਅਦ ਇਹ ਪ੍ਰਚਾਰ ਹੋ ਗਿਆ ਵੀ ਜੀ ਉਹ ਮੰਨ ਲਈ ਮੰਗ ਮੰਨ ਲਈ ਐਮਐਲਏ ਸਾਹਿਬ ਨੇ ਉੱਥੇ ਕਰਵਾਤਾ ਤਾਂ ਮੋਰਚੇ ਵਿੱਚ ਲੋਕ ਘਟਣ ਲੱਗ ਗਏ ਫਿਰ ਅਸੀਂ ਮਤਲਬ ਜਦੋਂ ਅਗਲੀ ਵਾਰੀ ਅਸੀਂ ਰੱਖਿਆ ਉੱਥੇ ਨਹਿਰਾ ਤੇ ਤਾਂ ਉਹਦੇ ਵਿੱਚ ਮੈਂ ਬੋਲੀ ਵੀ ਲੋਕਾਂ ਦੇ ਘਟਣ ਦਾ ਇੱਕ ਕਾਰਨ ਵੀ ਹੈ ਵੀ ਪਾਰਟੀ ਨੇ ਗਲਤ ਪ੍ਰਚਾਰ ਕਰਤਾ ਹੈ ਵੀ ਇਹ ਮਸਲਾ ਹੱਲ ਹੋ ਗਿਆ ਤੇ ਤੁਹਾਨੂੰ ਆਪਦੇ ਚੈਨਲ ਤੋਂ ਜਾਂ ਆਪਦੇ ਸੋਰਸਸਾਂ ਰਾਈ ਸਾਰਿਆਂ ਨੂੰ ਦੱਸਣਾ ਚਾਹੀਦਾ ਵੀ ਉਹਨਾਂ ਨੇ ਮਿਸ ਇਨਫੋਰਮੇਸ਼ਨ ਦਿੱਤੀ ਹੈ। ਤੇ ਉਸ ਤੋਂ ਵੀ ਵੱਡੀ ਗਲਤ ਗੱਲ ਹੈ ਵੀ ਇਹ ਕਮਲ ਮਿਸ ਇਨਫੋਰਮੇਸ਼ਨ ਦੇਵੇ। ਤੁਹਾਨੂੰ ਕੀ ਲੱਗਦਾ ਜੇ ਆਪਾਂ ਹੁਣ ਮੈਂ ਸਿੱਧੀ ਉੱਪਰ ਤੱਕ ਹੀ ਗੱਲ ਕਰੂੰਗਾ ਵੀ ਜਿਵੇਂ ਹੁਣ ਸਾਡੇ ਅੱਜ ਅਸੀਂ ਸਾਰਾ ਦੇਖਿਆ ਹੈਗਾ ਇਹ ਜਿਵੇਂ ਹੁਣ ਅੱਜ ਵੀ ਇੱਥੇ ਵੱਡਾ ਇਕੱਠ ਹੋਇਆ ਹੈਗਾ ਨਹਿਰਾਂ ਦੇ ਉੱਤੇ ਵੀ ਜਿਵੇਂ ਕਹਿ ਰਹੇ ਹੈ ਵੀ ਆ ਥੋੜੇ ਜਗ੍ਹਾ ਦੇ ਵਿੱਚ ਇਹਨਾਂ ਨੇ ਪਾਣੀ ਦਾ ਜਿਹੜਾ ਲੈਵਲ ਆ ਉਹ ਘਟਾਇਆ ਨਹੀਂ ਉਹਨਾਂ ਰੱਖਿਆ ਪਿੱਛੇ ਘਟਾਤਾ ਚਲੋ ਬੰਦੀ ਆਈ ਵੀ ਹੈ ਨਹਿਰ ਦੀ। ਹਾਂ। ਵੀ ਪੰਜਾਬ ਸਟੇਟ ਦੇ ਵਿੱਚ ਜੇ ਮੁੱਖ ਮੰਤਰੀ ਆਪਾਂ ਮੁੱਖ ਮੰਤਰੀ ਦੀ ਹੀ ਕੁਰਸੀ ਵਾਲੀ ਵੱਡੀ ਆ ਮੁੱਖ ਮੰਤਰੀ ਦੀ ਲੋਕ ਤੁਹਾਨੂੰ ਲੱਗਦਾ ਵੀ ਪ੍ਰੈਜ਼ੈਂਟ ਵਾਲੇ ਮੁੱਖ ਮੰਤਰੀ ਆ ਪਹਿਲਾਂ ਵਾਲੇ ਮੁੱਖ ਮੰਤਰੀ ਕੋਈ ਇਹੋ ਜਿਹਾ ਲੀਡਰ ਹੈਗਾ ਨਹੀਂ ਵੀ ਜਿਹੜਾ ਇੰਨਾ ਸક્ષਮ ਹੋਵੇ ਵੀ ਕੇਂਦਰ ਦੀ ਅੱਖ ਚੱਕ ਪਾ ਕੇ ਗੱਲ ਕਹਿ ਸਕੇ ਵੀ ਇਹ ਸਾਡਾ ਵੀ ਹੱਕ ਹੈਗਾਗਾ ਵੀ ਇਹ ਸਾਡਾ ਲੋਕ ਲੋਕ ਮਰ ਜਾਣਗੇ ਇਥੇ ਮਾਰੂਥਲ ਬਣਾਉਣਾ ਤੁਸੀਂ ਕਿਉਂਕੋ ਹਿਸਟਰੀ ਜਾਣਦੇ ਆ ਨਾ ਪੁਰਾਣੀ ਹੂੰ ਕਿ ਪੁਰਾਣੀ ਵਿੱਚ ਜਿਹੜੇ ਵੀ ਸਰਕਾਰਾਂ ਨੇ ਅੱਖ ਚੱਕ ਪਾ ਕੇ ਗੱਲ ਕੀਤੀ ਹੂੰ ਇਹਨਾਂ ਨੇ ਸਰਕਾਰ ਦੇਖਤੀ ਤੇ ਗਵਰਨਰ ਰੂਲ ਲਾਤਾ ਹੂੰ ਉਹਨਾਂ ਨੂੰ ਪਤਾ ਵੀ ਸਾਡੀ ਕੁਰਸੀ ਜਾਊਗੀ ਹੂੰ ਤੇ ਐਟ ਪ੍ਰੈਜ਼ੈਂਟ ਤਾਂ ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ ਵੀ ਗਵਰਨਰ ਰੂਲ ਲੱਗੇ ਹਾਂ ਬਿਲਕੁਲ ਜੋ ਹਾਲਾਤ ਬਣੇ ਹੋਏ ਐ ਫਾਸਿਜ਼ਮ ਵੱਲ ਜਿਵੇਂ ਵਧ ਰਿਹਾ ਹੈ ਮੁਲਕ ਉਹਦੇ ਵਿੱਚ ਪੰਜਾਬ ਵੀ ਨਹੀਂ ਚਾਹੁੰਦਾ ਵੀ ਗਵਰਨਰ ਰਾਜ ਲੱਗੇ ਇਸੇ ਕਰਕੇ ਉਹ ਇਹਨੂੰ ਹੀ बार-बार ਹਲੂਨ ਰਿਹਾ ਵੀ ਤੂੰ ਪੰਜਾਬ ਦਾ ਪੁੱਤ ਬਣ ਤੂੰ ਪੰਜਾਬ ਦੀਆਂ ਗੱਲਾਂ ਵਾਸਤੇ ਹੰਮੀ ਪਰ ਹੁਣ ਦੇਖੋ ਇੱਥੇ ਅੰਮ੍ਰਿਤਪਾਲ ਵਾਲਾ ਮੁੱਦਾ ਆ ਹੂੰ ਤਾਂ ਉਸ ਮੁੱਦੇ ਨੂੰ ਕਿੰਨਾ ਮਿਸ ਰਿਪਰੈਜ਼ੈਂਟ ਕੀਤਾ ਗਿਆ ਹੂੰ ਪਹਿਲੀ ਗੱਲ ਤਾਂ ਇਹਨਾਂ ਨੇ ਇਹ ਕਿਹਾ ਵੀ ਜੀ ਉਹਨਾਂ ਨੇ ਗੁਰਗਾਂ ਸਾਹਿਬ ਦੀ ਵੀੜ ਅੱਗੇ ਲਾ ਕੇ ਬੈਰੀਕੇਡ ਬੰਨੇ ਜੋ ਕਿ ਗਲਤ ਤੱਥ ਹੈ ਹੂੰ ਉਹ ਖਾਲਜਾਬਾ ਹਿੱਲ ਦੇ ਨਾਲ ਹੁੰਦੀ ਹੁੰਦੀ ਹੈ ਤੇ ਉਹ ਪਾਲਕੇ ਪਿੱਛੇ ਸੀ ਤਾਂ ਬੈਰੀਕੇਡ ਅੱਗੇ ਆ ਲੈਣੇ ਭੰਨੇ ਸੀ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਵੀ ਉਹਨਾਂ ਨੇ ਥਾਣੇ ਤੇ ਕਬਜ਼ਾ ਕਰ ਲਿਆ ਉਹ ਵੀ ਗਲਤ ਗੱਲ ਹੈ ਉਹ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੇਸੀ ਜਾ ਕੇ ਗੱਲ ਕਰਨੀ ਜੇ ਪੁਲਿਸ ਜਾਨ ਦੇ ਦਿੰਦੀ ਬੈਰੀਕੇਡ ਨਾਲ ਆਉਂਦੀ ਤਾਂ ਚੁੱਪ ਕਰਕੇ ਜਾਂਦੇ ਰਹਿੰਦੇ ਅੰਦਰ ਉਹ ਬਾਅਦ ਵਿੱਚ ਗਏ ਉੱਥੇ ਬੈਠੇ ਰਹੇ ਫਿਰ ਉਹਨਾਂ ਦਾ ਅਫੀਸਰ ਨਹੀਂ ਆਇਆ ਜਦੋਂ ਅਫੀਸਰ ਨਹੀਂ ਆਇਆ ਤਾਂ ਉਹ ਵੇਟ ਕਰਦੇ ਬੈਠੇ ਸੀ ਤਾਂ ਉਹਨਾਂ ਨੇ ਕਿਹਾ ਵੀ ਗੁਰਗਰਾਂ ਸਾਹਿਬ ਦੀ ਵੀ ਅੰਦਰ ਲੈ ਆਓ ਵੀ ਉੱਥੇ ਕੋਈ ਪ੍ਰੋਬਲਮ ਨਾ ਹੋ ਜਾਈ ਤਾਂ ਉਹ ਅੰਦਰ ਲਿਆਏ ਉੱਥੇ ਉਹ ਉੱਥੇ ਨਾਮ ਨੂਮ ਲਿਖਣ ਲੱਗੇ ਜੋ ਕਰਦੇ ਹੁੰਦੇ ਆ ਤੇ ਉਹ ਉੱਥੇ ਬੈਠੇ ਰਹੇ ਉਸ ਤੋਂ ਬਾਅਦ ਆਫੀਸਰ ਆਇਆ ਆਫੀਸਰ ਨੇ ਆ ਕੇ ਗੱਲ ਕੀਤੀ ਉਹਨੇ ਅਨਾਉਂਸਮੈਂਟ ਕੀਤੀ ਵੀ ਅਸੀਂ ਇਹ ਬੰਦਾ ਬੇਕਸੂਰ ਫੜ ਲਿਆ ਹੁਣ ਚਾਹੀਦਾ ਕੀ ਸੀਗਾ ਚਾਹੀਦਾ ਇਹ ਸੀਗਾ ਵੀ ਭਗਵਾਨਪਨ ਜੁਮੇ ਵਾਰ ਲੈਂਦਾ ਕਿ ਮੇਰੀ ਪੁਲਿਸ ਨੇ ਇੱਕ ਗਲਤ ਨੌਜਵਾਨ ਫੜ ਲਿਆ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਤੇ ਇਹ ਦੁਬਾਰਾ ਰਪੀਟ ਨਹੀਂ ਹੋਊਗਾ ਹਮ ਸਹੀ ਸਰਕਾਰ ਦਾ ਤਾਂ ਹੀ ਫਰਜ਼ ਬੰਦਾ ਹੈ ਨਾ ਵੀ ਗਲਤੀ ਹੋ ਗਈ ਤੁਸੀਂ ਉਹਨੂੰ ਅਕਸੈਪਟ ਕਰ ਲਓ ਹੈਂ ਤਾਂ ਤੁਸੀਂ ਕੀ ਕਰਦੇ ਹੋ ਉਹਦੇ ਬੇਸ ਤੇ ਚੱਕ ਕੇ 35 ਕੰਪਨੀਆਂ ਲੈ ਆਉਣੇ ਹੋ ਦਿੱਲੀ ਤੋਂ ਤੇ ਤੁਸੀਂ ਇੱਥੇ ਸਾਰਾ ਡਿਜ਼ਾਈਨਸ ਬਣਾ ਲੈਣੇ ਹੋ ਵੀ ਕਿਉਂਕਿ ਤਰਨ ਨਹੀਂ ਚੱਲ ਜਿੰਦੇ ਆ ਤਰਨਿਆਂ ਤੋਂ ਲੋਕ ਉੱਠਦੇ ਨਹੀਂ ਜੇ ਮੈਂ ਤਰਨਿਆਂ ਤੇ ਲਾਠੀ ਚਾਰਜ ਕਰ ਦਾਂ ਤਾਂ ਮੇਰੀਆਂ ਵੋਟਾਂ ਜਾਣਗੀਆਂ ਤਾਂ ਅਮ੍ਰਿਤਪਾਲ ਦੇ ਮੋੜੇ ਤੇ ਬੰਦੂਕ ਰੱਖ ਕੇ ਮੈਂ ਸਾਰਿਆਂ ਨੂੰ ਇੰਨੀ دہشت ਫਲਾਵਾ ਵੀ ਤਰਨੇ ਵੀ ਨਾ ਲੱਗਣ ਇਹ ਡਿਜ਼ਾਈਨ ਇਹਨਾਂ ਨੇ ਕੀਤਾ ਪਰ ਇਹੋ ਜਿਹਾ ਡਿਜ਼ਾਈਨ ਕਾਮਯਾਬ ਨਹੀਂ ਹੁੰਦੇ ਹੁੰਦੇ ਡਾਕਟਰ ਜੀ ਮੇਰਾ ਬਸ ਆਖਰੀ ਸਵਾਲ ਹੈ ਜਿਹੜੀ ਇੱਕ ਗੱਲ ਚੱਲਦੀ ਹੈ ਵੀ ਪੰਜਾਬ ਕੋਲੇ 17 ਸਾਲਾਂ ਦਾ ਪਾਣੀ ਰਹਿ ਗਿਆ 18 ਦਾ ਰਹਿ ਗਿਆ 20 ਦਾ ਰਹਿ ਗਿਆ ਕੋਈ 15 ਇਹ ਵੀ ਇਹ ਗੱਲ ਸੱਚ ਹੈ ਕੀ ਕਿਵੇਂ ਆ ਇਹ ਕੁਝ ਹਿੱਸੇ ਡਰਟ ਜ਼ੋਨ ਤਾਂ ਬਣਿਆ ਹਮ ਖੈਰ ਸਾਡਾ ਏਰੀਆ ਤਾਂ ਜੈ ਨਹੀਂ ਹੈ ਸਾਡੇ ਤਾਂ 35 ਫੁੱਟ ਤੇ ਪਾਣੀ ਹੈਗਾ ਹਾਂ ਫਰੀਕੋਟ ਉਹ ਵੀ ਸ਼ਾਇਦ ਨਹਿਰਾਂ ਦੇ ਕਰ ਲੈਣਾ ਤੇ ਮੇਰੇ ਘਰ ਦਾ ਪਾਣੀ ਬਹੁਤ ਵਧੀਆ 200 ਤੇ 200 ਲੀਟਰ ਹਮ ਬਹੁਤ ਹੀ ਵਧੀਆ ਪੀਣ ਵਾਲਾ ਪਾਣੀ ਹਮ ਤੇ ਮੇਰੀ ਸਿਹਤ ਦਾ ਵੀ ਇਹ ਹੀ ਰਾਜ਼ ਹੈ ਹਮ ਪਰ ਦੂਜੇ ਪਾਸੇ ਜੇ ਆਪਾਂ ਉਧਰ ਜਾਂਦੇ ਆ ਬਠਿੰਡਾ ਸੰਗਰੂਰ ਹਾਂ ਉਧਰ ਬਹੁਤ ਮਾੜਾ ਹੈ ਮਾਨਸਾ ਹਾਂ ਈਵਨ ਸਾਡੇ 55 ਸਿੰਘ ਕਲੋਨੀ ਵਾਲੇ ਪਾਸੇ ਨਹੀਂ ਇਹ ਚੰਗਾ ਹੈਗਾ ਹੂੰ ਉਧਰ ਮਾੜਾ ਹੈ ਪਰ ਉਧਰ ਇਹ ਕਿ ਆਕੇ ਨੇਰਾਂ ਤੇ ਨਾਲਕੇ ਲੱਗੇ ਹੋਏ ਆ ਉਥੋਂ ਲੋਕ ਢੋਲਾਂ ਲੈ ਭਰਦੇ ਆ ਤੇ ਉਹ ਕੋ ਕੰਨੀਆਂ ਵਿੱਚ ਪਾਣੀ ਵਿੱਚ ਆਉਂਦੇ ਮਤਲਬ ਇਹ ਗੱਲ ਸੱਚ ਹੈ ਵੀ ਹਾਂ ਖਤਰਨਾਕ ਹੋਣ ਵਾਲੇ ਆ ਦਿਨ ਹਾਂ ਖਤਰਨਾਕ ਹੋਣ ਵਾਲੇ ਸਾਡਾ ਵੀ ਖਰਾਬ ਹੋ ਜਾਊਗਾ ਪਾਣੀ ਹੁਣ ਮੇਰੀ ਮਤਲਬ ਮੈਂ ਬਾਇਓ ਖੇਤੀ ਕਰਦੀ ਆ ਮੇਰੇ ਕੋਲ 600 ਗਜ਼ ਦਾ ਪਲਾਟ ਹੈ ਉਹਦੇ ਵਿੱਚ ਤਾਂ ਮੇਰੇ ਬੂਟੇ ਵੀ ਵਧੀਆ ਫਰਸਟ ਕਲਾਸ ਖੜੇ ਆ ਮੈਂ ਵੀ ਫਰਸਟ ਕਲਾਸ ਆ ਮੇਰਾ ਬੁੰਡਾ ਵੀ ਫਰਸਟ ਕਲਾਸ ਹੈ ਸਾਡੀ ਸੇਤ ਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਆਰੋ ਲਾਇਆ ਹੀ ਨਹੀਂ ਕਦੇ ਪਰ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਆ ਇਹ ਮੁੱਦੇ ਨੂੰ ਨਹੀਂ ਲੋਕ ਜਾਗਰੂਕ ਹੈ ਇੱਕ ਕੁਝ ਲੋਕ ਕਹਿੰਦਾ ਇਹ ਲੱਗਦਾ ਸੀਗਾ ਵੀ ਇਹ ਕੇਂਦਰ ਦਾ ਮੁੱਦਾ ਹੈ ਤੇ ਇਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਵੀ ਕੇਂਦਰ ਦੀ ਸਕੀਮ ਹੈ ਤਾਂ ਅਸੀਂ ਫਿਰ ਇਹਦੇ ਤੇ ਚਿੱਠੀ ਪਾ ਕੇ ਪੁੱਛਿਆ ਤਾਂ ਉਹ ਪਤਾ ਲੱਗਿਆ ਵੀ ਪੰਜਾਬ ਵਾਲੇ ਏਰੀਆ ਦਾ ਫੈਸਲਾ ਪੰਜਾਬ ਨੇ ਕਰਨਾ ਹੈ ਹੂੰ ਤਾਂ ਫੇਰ ਤਾਂ ਭਗਵਾਨ ਮੰਨ ਨਿਕਲਣਾ ਤੇ ਉਹ ਭਗਵਾਨ ਮੰਨਿਓ ਮੇਰੀ ਚਿੱਠੀ ਦਾ ਜੇ ਜਬ ਜਵਾਬ ਨਹੀਂ ਦਿੱਤਾ ਮੈ ਰਿਮਾਈਂਡਰ ਵੀ ਪਾਤਾ ਇੱਕ ਹੂੰ ਉਹ ਜਿਹੜੀ ਕੰਪਿਊਟਰ ਜਨਰੇਟਡ ਹੁੰਦੀ ਉਹ ਚਿੱਠੀ ਤਾਂ ਆ ਜਾਂਦੀ ਹੈ ਤੇ ਹੋਰ ਇਹਨਾਂ ਨੇ ਕੁਝ ਨਹੀਂ ਕੀਤਾ ਉਹਦਾ ਹੂੰ ਨਾ ਹੀ ਸਾਡੇ ਐਮਐਲਏ ਨੇ ਕੋਈ ਜਵਾਬ ਦਿੱਤਾ ਤੇ ਜੇ ਹੁਣ ਵੀ ਇਹ ਨੂੰ ਦੁਬਾਰਾ ਬੰਦੀ ਕਰਦੇ ਆ ਤਾਂ ਉਹਨੇ ਇਹ ਦੇਖੋ ਨਾ ਵੀ ਜਿਹੜੇ ਇੰਤਜ਼ਾਮ ਹੁੰਦਾ ਜਿਹੜਾ ਜੀ ਉਹਨੂੰ ਆਪਾਂ ਸਿਸਟਮ ਕਹਿੰਦੇ ਆ ਸਿਸਟਮ ਦਾ ਇਹ ਹੁੰਦਾ ਕਿ ਲੋਕਾਂ ਨੇ ਆਪਦੇ ਨੁਮਾਇੰਦੇ ਚੁਣ ਕੇ ਭੇਜਤੇ ਉਹਨਾਂ ਮੰੰਦੇ ਦੀ ਜ਼ਿੰਮੇਵਾਰੀ ਹੈ ਵੀ ਉਹਨਾਂ ਨੇ ਪ੍ਰੋਬਲਮਸ ਨੂੰ ਦੇਖਣਾ ਤੇ ਉਹਨਾਂ ਨੂੰ ਸੋਲਵ ਕਰਨਾ ਆਪੇ ਫਿਰ ਵੀ ਜੇ ਕੋਈ ਪ੍ਰੋਬਲਮ ਉਹਨਾਂ ਦੇ ਸੋਲਵ ਨਹੀਂ ਆਉਂਦੀ ਵਾਈਚ ਤਾਂ ਕੋਈ ਲੋਕੀ ਕਿ ਚਿੱਠੀ ਵੀ ਪਾ ਦੇਣ ਇਹ ਈਮੇਲ ਪਾ ਦੇਣ ਇਹ ਇੱਕ ਫੋਨ ਵੀ ਕਰ ਦੇਣ ਤਾਂ ਉਹਨਾਂ ਨੂੰ ਉਹਦੇ ਤੇ ਗੌਰ ਕਰਨਾ ਚਾਹੀਦਾ ਇਹ ਥੋੜੀ ਹੈ ਕਿ ਮੀਨ ਸਾਲ-ਸਾਲ ਪਰ ਤਰਨ ਲੱਗਿਆ ਰਵੇ ਲੋਕੀ ਵੇਲੇ ਅੱਗੇ ਉਹ ਬਾਦਲ ਕਹਿੰਦਾ ਹੁੰਦਾ ਸੀਗਾ ਵੀ ਲੋਕੀ ਵੇਲੇ ਤਰਨੇ ਲਾਉਂਦੇ ਹੈ ਤੇ ਹੁਣ ਚਾਲ ਦੇਣ ਨੂੰ ਇਹ ਕਹਿਣ ਲੱਗ ਜਣਗੇ ਅਸੀਂ ਵੇਲੇ ਨਹੀਂ ਹੈਗੇ ਅਸੀਂ ਕੰਮਕਰ ਵਾਲੇ ਬੰਦੇ ਆ ਅਸੀਂ ਚੌਹਨੇ ਵੀ ਅਸੀਂ ਆਪਦੇ એનર્ਜੀ ਜਿਹੜੀ ਪੋਜ਼ਿਟਿਵ ਪਾਸੇ ਲਾਈਏ ਪਰ ਸਾਨੂੰ ਲੁੱਟਿਆ ਜਾ ਰਿਹਾ ਸਾਡਾ ਪਾਣੀ ਖਤਮ ਹੋ ਰਿਹਾ ਸਾਡਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੁਣ ਦੇ ਕੋਤੇ ਮੰਨਦਾ ਹੀ ਨਹੀਂ ਸੀ ਪਏ ਹੂੰ ਤੇ ਹੁਣ ਰਿਪੋਰਟ ਵਿੱਚ ਆ ਗਿਆ ਨਾ ਜੀ ਹੂੰ ਆਰਸੈਨਿਕ ਲੈਡ ਕ੍ਰੋਮੀਅਮ ਸਾਰੇ ਖਤਰਨਾਕ ਹੈ ਨਾ ਫਾਈਨਲੀ ਹੂੰ ਖਤਰਨਾਕ ਤੱਤ ਹੈ ਤੇ ਜੇ ਪੰਜ ਸੈਂਪਲ ਅੰਦਰ ਫੇਲ ਹੋਏ ਆ ਤਾਂ ਹੁਣ ਹੁਣ ਵੀ ਉਹਨ ਦੇ ਵਿੱਚ ਜਿਹੜੀ ਉਹ ਉਹਨਾਂ ਨੇ ਇੱਕ ਮਤਲਬ ਲਾਈਨ ਲਿਖੀ ਹੈ ਵੀ ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਫੈਕਟਰੀ ਵਿੱਚ ਕਿਹੜੇ ਕੈਮੀਕਲ ਯੂਜ਼ ਕਰਦੀ ਹੈ ਤੇ ਉਹਨਾਂ ਕੈਮੀਕਲਸ ਦਾ ਬਾਇਓ ਪ੍ਰੋਡਕਟ ਕੀ ਬਣਦਾ ਹੈ ਤੇ ਇਸ ਕਰਕੇ ਮਤਲਬ ਉਹਦੇ ਵਾਸਤੇ ਜਿਹੜੇ ਕੈਮੀਕਲ ਦੇ ਮਾਰ ਹੈ ਉਹਨਾਂ ਤੋਂ ਰਾਈ ਲਈ ਜਾਵੇ ਤਾਂ ਇਹਨਾਂ ਨੇ ਇੱਕ ਦੋ ਪੱਤਰਕਾਰ ਚੈਨਲਾਂ ਨੇ ਇਹਨੂੰ ਐ ਪ੍ਰੇਡਿਕਟ ਕਰਤਾ ਵੀ ਉਹਨਾਂ ਨੇ ਮਤਲਬ ਕੀ ਹੈ ਵੀ ਫੈਕਟਰੀ ਇਸ ਵਾਸਤੇ ਜ਼ਿੰਮੇਵਾਰ ਨਹੀਂ ਇਹ ਮਿਸ ਇੰਟਰਪ੍ਰੀਟੇਸ਼ਨ ਹੈ ਜਿਨ੍ਹਾਂ ਚੈਨਲਾਂ ਨੇ ਕੀਤਾ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗੀ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਵੀ ਇਹ ਮਿਸ ਇੰਟਰਪ੍ਰੀਟੇਸ਼ਨ ਨਾ ਕਰੋ ਇਹ ਜਿਹੜੇ ਨਰੇਟਿਵ ਕੇਂਦਰ ਜਾਂ ਗਵਰਨਮੈਂਟ ਬਣਾਉਂਦੀ ਹੈ ਜਾਂ ਜਿਹੜੇ ਇੰਡਸਟਰੀ ਲਿਸਟ ਬਣਾਉਗਾ ਆਪਦੇ ਫੇਵਰ ਵਿੱਚ ਉਹ ਪਲੀਜ਼ ਤੁਸੀਂ ਵੀ ਚਲਾ ਕੇ ਸਾਡਾ ਨੁਕਸਾਨ ਨਾ ਕਰੋ ਅਸੀਂ 1 ਸਾਲ ਦੇ ਜੂਝ ਰਹੇ ਹਾਂ ਜੀ ਠੀਕ ਡਾਕਟਰ ਜੀ ਤੁਸੀਂ ਆਪਣਾ ਸਮਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦੇ ਆਪਾਂ ਜਲਦੀ ਹੀ ਫੇਰ ਮਿਲਾਂਗੇ ਇਸੇ ਰੇਤੇ ਗੱਲਬਾਤ ਕਰਾਂਗੇ ਸੋ ਇਹ ਸੀ ਡਾਕਟਰ ਜੀਵਨਜੋਤ ਕੌਰ ਜਿਨ੍ਹਾਂ ਨੇ ਬਹੁਤ ਹੀ ਮਾਤਪੂਰਨ ਜਾਣਕਾਰੀ ਵੀ ਦਿੱਤੀ ਗੱਲਾਂ ਸਮਝਣ ਵਾਲੀਆਂ ਸੋਚਣ ਵਾਲੀਆਂ ਆਈਆਂ ਉਮੀਦ ਕਰਦਾ ਤੁਹਾਨੂੰ ਇਹ ਮੁਲਾਕਾਤ ਪਸੰਦ ਆਈ ਹੋਊਗੀ ਜਲਦੀ ਹੀ ਅਸੀਂ ਇਹਨਾਂ ਨਾਲ ਦੂਜੀ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਹੁਣ ਆਪਣੇ ਦੋਸਤ ਅਰਤਨਦੀਪ ਸਿੰਘ 47 ਵੱਲੋਂ ਦਿਓ ਜੀ ਦਾਦਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ